ਤੁਹਾਡੇ ਜਿਹੜੇ ਕਾਂਗਰਸੀ ਲੀਡਰ ਹੀ ਨੇ ਉਹ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਦੇ, ਕਰੇ ਇਹ ਤਾਂ ਭਗਵੰਤ ਮਾਨ ਦਾ ਪੱਪੀ ਹੈ। ਜਿੰਨੇ 92 ਅਸੀਂ ਸਾਰੇ ਭਗਵੰਤ ਮਾਨ ਦੇ ਪੱਪੀ ਹੈਗੇ ਆ, ਕੀ ਪ੍ਰੋਬਲਮ ਆ? ਉਹ ਦੂਜੇ ਵੇ ਨਾਲ ਬੋਲਦੇ ਆ। ਵੱਡਾ ਪਿੱਲਰ ਤੁਸੀਂ ਸੀਗੇ ਰਮਨੀਤ ਸਿੰਘ ਬਿੱਟੂ ਨੂੰ ਜਿਤਾਉਣ ਵਾਲੇ, ਗੋਗੀ ਜੀ ਸੀਗੇ, ਉਹ ਪਿੱਲਰ ਪਿੱਛੇ ਕਿਉਂ ਹੋਇਆ? ਸਾਡੀ ਉਂਗਲ ਫੜ ਕੇ ਚੱਲੇ ਅੱਜ ਬੰਦੇ ਆ ਬਿੱਟੂ, ਅਤੇ ਅੱਜ ਇਹ ਕਹੇ ਵੀ ਮੈਂ ਬਹੁਤ ਵੱਡਾ ਸਿਆਸਤਦਾਨ ਬਣ ਗਿਆ। ਮੈਂ ਤਾਂ ਕਹਿੰਦਾ ਖੁੱਲ੍ਹੀ ਡਿਬੇਟ ਕਰਾਓ ਸਾਡੇ ਨਾਲ, ਦੋਨੋਂ ਭਰਾਵਾਂ ਨਾਲ ਗੱਬੇ ਬਿਠਾਉਂਦੇ ਉਹਨੂੰ। ਅਜੇ ਘੰਟਾ ਪਹਿਲੇ ਲੜਕੇ ਹਟਿਆ, ਚੰਗੀ ਤਰ੍ਹਾਂ ਲੜਿਆ ਟਿਕਾ ਕੇ ਫੋਨ। ਬਿੱਟੂ ਦਾ ਕੋਈ ਵਿਜ਼ਨ ਹੈ? ਰਾਜਾ ਵੜਿੰਗ ਦਾ ਕੋਈ ਵਿਜ਼ਨ ਹੈ? ਉਹ ਤਾਂ ਆਪ ਕੀ, ਮੈਂ 10 ਸਾਲ ਤੋਂ ਅਮਿਤ ਸ਼ਾਹ ਦੇ ਸੰਪਰਕ 'ਚ। ਇੱਕ ਪੰਜਾਬੀ ਦੀ ਕਹਾਵਤ ਆ, ਮੈਂ ਤੁਹਾਡੇ ਪੜਦੇ ਮੂਹਰੇ ਕਹਿਣੀ ਚਾਹੁੰਦਾ, ਕੁੱਤੀ ਚੋਰਾਂ 'ਚ ਲੜ ਗਈ। ਇਹ ਤਾਂ ਪਹਿਲੇ ਰਲੇ ਹੋਏ ਸੀ, ਆਊਟਡੇਟਡ ਲੋਕ, ਐਕਸਪਾਇਰੀ ਲੋਕ ਨੇ, ਇਹ ਲੋਕਾਂ ਦੇ ਨਕਾਰੇ। ਇਹਨਾਂ ਬਾਰੇ ਨਾ ਪੁੱਛੋ, ਇਹਨਾਂ ਲਈ ਟਾਈਮ ਨਾ ਸਾਡਾ ਖਰਾਬ ਕਰੋ, ਨਾ ਆਪਣਾ ਕਰੋ, ਨਾ ਆਪਾਂ ਜਿਹੜੇ ਸਾਡੇ ਸਰੋਤੇ ਦੇਖਦੇ ਹਾਂ ਨਾ ਅਸੀਂ ਉਹਨਾਂ ਦਾ ਕਰੀਏ। ਪਰ ਰਵਨੀਤ ਸਿੰਘ ਬਿੱਟੂ ਕਹਿ ਰਹੇ ਕਿ ਇੱਧਰ ਮੋਦੀ ਸਾਹਿਬ ਆ ਸਕਦੇ ਆ, ਗ੍ਰਹਿ ਮੰਤਰੀ ਆ ਸਕਦੇ ਆ, ਵੱਡੀਆਂ ਰੈਲੀਆਂ ਹੋ ਸਕਦੀਆਂ ਨੇ। ਮੋਦੀ ਸਾਹਿਬ ਪਹਿਲਾਂ ਵੀ ਆਏ ਸੀ, ਕੁਰਸੀਆਂ ਖਾਲੀ ਮਿਲੀਆਂ ਨਾ 5 ਸਾਲ ਪਹਿਲਾਂ, ਕੁਰਸੀਆਂ ਖਾਲੀ ਮਿਲੀਆਂ ਨਾ, ਭਾਸ਼ਣ ਖਾਲੀ ਕੁਰਸੀਆਂ ਨੂੰ ਦੇਖ ਕੇ ਗਏ ਨਾ। ਇੱਥੇ ਹੀ ਹੋਣਾ ਕਾਂਗਰਸ ਨੂੰ ਲੋਕ ਛੱਡ ਕਿਉਂ ਰਹੇ ਨੇ? ਇਹ ਜਿਹੜੀ ਕਾਂਗਰਸ ਪਾਰਟੀ ਹੈ, ਪ੍ਰਾਈਵੇਟ ਲਿਮਿਟਡ ਕੰਪਨੀ ਬਣ ਚੁੱਕੀ ਹੈ ਇਸ ਟਾਈਮ। ਜਿਹੜੇ ਝੋਲਾ ਲੀਡਰ ਆਉਂਦੇ ਸੀ ਰਾਜਸਥਾਨ ਤੋਂ, ਮੱਧ ਪ੍ਰਦੇਸ਼ ਤੋਂ, ਇਹਨਾਂ ਦੇ ਪ੍ਰਵਕਤੇ ਬਣ ਕੇ, ਇਹਨਾਂ ਦੇ ਪ੍ਰਭਾਰੀ ਬਣ ਕੇ, ਉਹ ਉੱਥੋਂ ਥੋਕ 'ਚ ਟਿਕਟਾਂ ਲਿਆਉਂਦੇ ਸੀ, ਇੱਥੇ ਪਰਚੂਨ 'ਚ ਵੇਚਦੇ ਸੀ। ਪੱਪੀ ਜੀ ਦੀ 3 ਚੀਜ਼ਾਂ ਕਿਹੜੀਆਂ ਵਧੀਆ ਲੱਗਦੀਆਂ ਨੇ? ਔਰ ਤਾਕੜ ਬੰਦਾ ਇਹ, ਕਿਉਂਕਿ ਇਹਦੀ ਆਵਾਜ਼ ਬਿਨਾਂ ਮਾਈਕ ਤੋਂ ਵੀ ਇੰਨੀ ਉੱਚੀ ਆ ਕਿ ਮੋਦੀ ਦੇ ਕੰਧੇ ਪੜਦੇ ਪਾੜਦੀ ਜੇ ਇਹ। ਸਤਿ ਸ਼੍ਰੀ ਅਕਾਲ, ਮਾਈ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਅਤੇ ਮੈਂ ਹਾਂ ਜੈ ਵਰਮਾ। ਜਦੋਂ ਵੀ ਲੁਧਿਆਣੇ ਦੀ ਗੱਲ ਹੁੰਦੀ ਹੈ ਤਾਂ ਇੱਕ ਨਾਂ ਕਾਫੀ ਚਰਚਾ ਦੇ ਵਿੱਚ ਹੁੰਦਾ ਅਤੇ ਨਾਲ ਹੀ ਨਾਲ ਕਾਫੀ ਸੁਰਖੀਆਂ ਵੀ ਬਟੋਰਦਾ। ਉਸ ਉਹ ਨਾਂ ਹੈਗਾ ਕਿ MLA ਗੋਗੀ। ਉਹਨਾਂ ਤੋਂ ਲੁਧਿਆਣੇ ਦੇ ਬਾਰੇ ਗੱਲਬਾਤ ਕਰਾਂਗੇ ਕਿ ਲੁਧਿਆਣੇ ਦੇ ਵਿੱਚ ਕਿਸ ਤਰ੍ਹਾਂ ਦਾ ਰਿਸਪੋਂਸ ਹੈਗਾ, ਔਰ ਕਾਂਗਰਸ ਅਤੇ BJP ਨੂੰ ਲੋਕ ਕਿਸ ਤਰ੍ਹਾਂ ਦੇਖ ਰਹੇ, ਔਰ 2 ਸਾਲਾਂ ਦੇ ਵਿੱਚ ਉਹਨਾਂ ਨੇ ਕਿੰਨਾ ਕੁ ਕੰਮ ਕਰਾਇਆ, ਸਾਡੇ ਨਾਲ ਨੇ ਗੱਲਬਾਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। 2 ਸਾਲਾਂ ਦਾ ਤੁਹਾਡਾ ਰਿਪੋਰਟ ਕਾਰਡ ਕੀ ਹੈ? ਮੇਰਾ ਰਿਪੋਰਟ ਕਾਰਡ ਮੈਂ ਛੁਪਾਇਆ ਵੀ ਹੈਗਾ, ਲੜਕਾ ਲੈ ਵੀ ਆਉਂਦਾ ਲਿਆ ਹੋਇਆ ਜਾ। ਮੈਂ ਬੁੱਕ ਛੁਪਾਈ ਆ ਤੁਹਾਡੇ ਮਾਧਿਅਮ ਦੇ ਰਾਹੀਂ, ਤੁਹਾਨੂੰ ਹੁਣੇ ਅਸੀਂ ਉਹ ਕੈਮਰੇ ਦੇ ਸਾਹਮਣੇ ਲੜਕਾ ਮੇਰਾ ਲੈ ਕੇ ਆ ਰਿਹਾ, ਦਿਖਾਉਂਦੇ ਵੀ ਹਾਂ। ਲੁਧਿਆਣੇ ਦੇ ਹਲਕਾ ਵੈਸਟ ਦੇ ਵਿੱਚ ਮੈਂ 150 ਕਰੋੜ ਦੇ ਕੰਮ 2 ਸਾਲ 'ਚ ਕਰਾਏ। 150 ਕਰੋੜ ਦੇ ਕੰਮ ਆਪਣੇ ਹਲਕਾ ਵੈਸਟ 'ਚ ਕਰਾਏ ਨੇ, ਜਿਹਦੇ ਵਿੱਚ RUB, ROB, ਲੇਅਰ ਵੈਲੀਆਂ, ਡੋਗ ਪਾਰਕ, ਅੱਜ ਤੱਕ ਨੌਰਥ ਇੰਡੀਆ ਸਭ ਤੋਂ ਪਹਿਲਾਂ ਮੇਰੇ ਬਣਿਆ, ਮੈਂ ਬਣਵਾਇਆ, ਜਿਹ 'ਚ ਕਾਰਪੋਰੇਸ਼ਨ ਦਾ ਵੀ ਕੋਈ ਪੈਸਾ ਨਹੀਂ ਲੱਗਣ ਦਿੱਤਾ। ਸੜਕਾਂ ਸਾਰੀਆਂ ਅਤੇ ਆਪਣੇ ਪਾਰਕਾਂ, ਸੀਵਰੇਜ ਪ੍ਰਣਾਲੀ, ਪਾਣੀ ਦਾ ਗੰਦਾ ਪਾਣੀ ਜਿੱਥੇ ਇੱਥੇ ਆਉਂਦਾ, 50 ਸਾਲ ਦੀਆਂ ਪਾਈਪਾਂ ਸੀਗੀਆਂ, ਸਾਰੀਆਂ ਅਪਗ੍ਰੇਡੇਸ਼ਨ ਕਰਾਈਆਂ ਨੇ। ਉਹਦੇ ਨਾਲ ਨਾਲ ਜਿੰਨਾ ਵੀ ਆਪਣੇ ਸਾਡੇ ਸਰਕਾਰੀ ਸਕੂਲ ਨੇ, CSR ਫੰਡ ਤੋਂ ਮੈਂ ਤਕਰੀਬਨ 50-60 ਲੱਖ ਰੁਪਏ ਦਾ, ਕਰੋੜ ਦੇ ਕਰੀਬ ਸਮਾਨ ਹੋਰ ਵੀ ਆ ਰਿਹਾ, ਜਿਹੜਾ ਕਿ ਅਸੀਂ ਬੱਚਿਆਂ ਜਿਵੇਂ ਡੈਸਕ ਹੋ ਗਏ, ਵਾਟਰ ਕੂਲਰ ਹੋ ਗਏ, ਇਨਵਰਟਰ ਹੋ ਗਏ, ਹੋਰ ਜੋ ਵੀ ਉਹਨਾਂ ਦਾ ਰੋਜ਼ਮਰਾ ਦਾ ਸਮਾਨ ਹੁੰਦਾ ਸਕੂਲ ਵਾਸਤੇ, ਪੱਖੇ ਹੋ ਗਏ, ਅਲਮਾਰੀਆਂ ਹੋ ਗਈਆਂ, ਇਹ ਸਾਰਾ ਕੁਛ ਤਕਰੀਬਨ ਮੈਂ ਮੁਹੱਈਆ ਕਰਾਤਾ। ਹੁਣ ਮੇਰੇ ਹਲਕੇ 'ਚ ਜਿਹੜੇ ਬੱਚੇ ਪਹਿਲਾਂ ਟਾਟਾ ਦੇ ਸਰਕਾਰੀ ਸਕੂਲਾਂ 'ਚ ਬਹਿੰਦੇ ਸੀ, ਸਭ ਡੈਸਕਾਂ 'ਤੇ ਬੈਠਦੇ ਨੇ, ਸਭ ਠੰਡੀ ਹਵਾ ਲੈਂਦੇ ਨੇ, ਠੰਡਾ ਪਾਣੀ ਪੀਂਦੇ ਨੇ, ਔਰ ਅੱਛੇ ਰੂਮ ਉਹਨਾਂ ਤਿਆਰ ਕਰਕੇ ਦਿੱਤੇ ਗਏ ਸਰ।
ਲੁਧਿਆਣੇ ਦੇ ਵਿੱਚ ਰਿਸਪੌਂਸ ਕਿੱਦਾਂ ਦਾ ਹੈਗਾ? ਔਰ ਅਗਰ ਲੋਕ ਸਭਾ ਕੈਂਡੀਡੇਟ ਦੀ ਗੱਲਬਾਤ ਕੀਤੀ ਜਾਵੇ ਤਾਂ ਕਮਲੇਸ਼ ਸਿੰਘ ਬਿੱਟੂ ਕਾਂਗਰਸ ਤੋਂ ਸੀਗੇ, ਹੁਣ ਰਾਜਾ ਵੜਿੰਗ ਕਾਂਗਰਸ ਤੋਂ ਸੀਗੇ, ਔਰ ਜਿਹੜੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਦੇ ਕੈਂਡੀਡੇਟ ਨੇ ਅਸ਼ੋਕ ਪ੍ਰੈਸ਼ਰ ਪੱਪੀ, ਉਹ ਵੀ ਪਹਿਲਾਂ ਕਾਂਗਰਸ ਦੇ ਵਿੱਚ ਸੀਗੇ, ਤੁਸੀਂ ਵੀ ਪਹਿਲਾਂ ਕਾਂਗਰਸ ਦੇ ਵਿੱਚ ਸੀਗੇ, ਆਖਰ ਕੀ ਕਾਰਨ ਸੀਗਾ ਕਾਂਗਰਸ ਛੱਡਣ ਦਾ? ਆਖਰ ਕਾਂਗਰਸ ਨੂੰ ਲੋਕੀ ਛੱਡ ਕਿਉਂ ਰਹੇ ਨੇ, ਇਹਦੇ ਪਿੱਛੇ ਕਾਰਨ? ਹਾਂ, ਉਹ ਤੁਹਾਡੇ ਜਵਾਬ ਦੇਣ ਤੋਂ ਪਹਿਲਾਂ ਮੈਂ ਜਿਹੜੀ ਤੁਸੀਂ ਰਿਪੋਰਟ ਕਾਰਡ ਬਾਰੇ ਗੱਲ ਕੀਤੀ ਸੀ, ਆਹ 150 ਕਰੋੜ ਦਾ ਮੇਰਾ MLA ਦਾ 2 ਸਾਲ ਦਾ ਰਿਪੋਰਟ ਕਾਰਡ ਆ, ਜਿਹਦੇ ਵਿੱਚ ਬਿਫੋਰ ਆਫਟਰ ਪਹਿਲਾਂ ਕੀ ਸੀ ਹੁਣ ਕੀ ਆ, ਔਨ ਰਿਕਾਰਡ ਹੋਰ ਪਹਿਲਾਂ ਕੀ ਸੀ, ਸੜਕਾਂ ਕੀ ਸੀ, ਸਕੂਲ ਕੀ ਸੀ, ਇੱਕ ਕਲੀਨਿਕ ਔਨ ਵੀਲ ਬੱਸ ਬਣਾਈ ਆ ਅਸੀਂ, ਜਿਹੜੀ ਕਿ ਸਿਟੀ ਬੱਸਾਂ ਸਾਡੀਆਂ ਕੰਡਮ ਖੜੀਆਂ ਸੀਗੀਆਂ, ਉਹਦੇ 'ਚੋਂ ਇੱਕ ਬੱਸ ਤਿਆਰ ਕਰਾ ਕੇ ਅਸੀਂ ਤਿਆਰ ਕਰਾਈ ਹੈਗੀ ਆ, ਜਿਹਦੇ ਵਿੱਚ ਕਿ ਫਰੀ ਡਾਕਟਰ, ਫਰੀ ਮੈਡੀਸਨ, ਫਰੀ ਸਾਰੇ ਹੈਲਥ ATM ਲਗਾਇਆ, 3 ਮਿੰਟ ਦੇ ਵਿੱਚ 40 ਬੈਡਾਂ ਸੈਂਪਲਾਂ ਦੀ ਰਿਪੋਰਟ ਆਉਂਦੀ ਹੈਗੀ। ਇਸ ਤਰੀਕੇ ਦੇ ਕੰਮ ਅਸੀਂ ਜਿਹੜੇ ਹੈਲਥ, ਕਿਉਂਕਿ ਅਸੀਂ ਵੋਟਾਂ ਲਈਆਂ ਹੈਲਥ ਦੇ ਉੱਤੇ, ਅਸੀਂ ਵੋਟਾਂ ਲਈਆਂ ਐਜੂਕੇਸ਼ਨ ਦੇ ਉੱਤੇ। ਹੈਲਥ ਦੀ ਗੱਲ ਕਰ ਲੈਣਾ, ਲੁਧਿਆਣੇ ਦੇ ਸਿਵਲ ਹਸਪਤਾਲ ਦੀ ਵੀਡੀਓਜ਼ ਕਾਫੀ ਵਾਇਰਲ ਹੁੰਦੀਆਂ ਸੀ ਪਹਿਲਾਂ, ਉਹਦੇ 'ਚ ਸਾਡੇ ਅਸ਼ੋਕ ਪ੍ਰੈਸ਼ਰ ਪੱਪੀ ਜੀ ਇਸ ਕੌਨਸਟੀਚੁਐਂਸੀ ਦੇ ਹੈਗੇ ਨੇ, ਨੁਮਾਇੰਦੇ ਨੇ, ਔਰ ਇਹ ਸਿਵਲ ਹਸਪਤਾਲ ਇਹਨਾਂ ਦੇ ਅੰਡਰ ਪੈਂਦਾ, ਜਿਹੜਾ ਕਿ ਸਾਰਾ ਇਹ ਉੱਥੇ ਜਾ ਕੇ ਦੇਖਦੇ ਨੇ, ਮੋਰਚਰੀ ਵੀ ਦੇਖ ਕੇ ਆਏ ਮੇਰੇ ਨਾਲ, ਜਾ ਕੇ ਅਸੀਂ ਇਕੱਠੇ ਭਰਾ ਜਾ ਕੇ ਦੇਖ ਕੇ ਆਏ, ਜਿੱਥੇ ਮੋਰਚਰੀ ਦੀ ਪ੍ਰੋਬਲਮ ਸੀ ਉਹ ਵੀ ਅਸੀਂ ਫਰਿੱਜ ਖਰਾਬ ਸੀ ਉਹ ਠੀਕ ਕਰਵਾਏ ਨੇ, ਪਾਣੀ ਦੇ ਪੀਣ ਦਾ ਇੰਤਜ਼ਾਮ, ਡੈਸਕ ਉੱਥੇ ਬੈਂਚਿਸ ਵਗੈਰਾ ਲਗਾਏ। ਪੱਪੀ ਸਾਹਿਬ ਵੀ ਇੱਧਰ ਪਹੁੰਚ ਚੁੱਕੇ ਨੇ, ਗੱਲ ਕਰ ਲੈਂਦੇ ਹਾਂ। ਪੱਪੀ ਸਾਹਿਬ ਬੈਠੋ, ਹੁਣ ਕਹਿ ਰਹੇ ਕਿ 150 ਕਰੋੜ ਦਾ ਕੰਮ ਮੈਂ ਕਰਾ ਤਾ, ਬੁੱਕ ਵੀ ਇਹਨਾਂ ਨੇ ਛਪਾਈ ਹੈ, ਤੁਸੀਂ ਕਿੰਨਾ ਕੁ ਕੰਮ ਕਰਾਇਆ? ਦੇਖੋ ਜੀ, ਇਹਦਾ ਗੋਗੀ ਦੇ ਕੰਮ ਬਹੁਤ ਵਧੀਆ ਕਰਾ ਰਿਹਾ ਵਾ, ਪਰ ਮੈਂ ਵੀ ਆਪਣੇ ਹਲਕੇ ਦੇ ਵਿੱਚ 40 ਕਰੋੜ ਦੇ ਕੰਮ ਕਰਾ ਚੁੱਕਿਆ ਹੋਇਆ, 20 ਕਰੋੜ ਦੇ ਅਜੇ ਪੈਣੀਆਂ, ਉਹ ਆਰਡਰ ਹੋ ਚੁੱਕੇ ਆ, ਆ ਚੋਣ ਕਰਕੇ ਥੋੜ੍ਹਾ ਜਿਹਾ ਰੁਕੇ ਹੋਏ ਆ, ਸਾਰੇ ਕੰਮ ਕਰਾਉਣੇ ਆ। ਜਿੱਦਾਂ ਜੇ ਉੱਦਾਂ ਦੇਖੀਏ, ਮੈਂ ਵੀ 100 ਕਰੋੜ ਤੋਂ ਉੱਤੇ ਕੰਮ ਕਰਾਇਆ ਚੁੱਕਿਆ। ਗੋਗੀ ਜੀ ਦਾ ਜਿਹੜਾ ਕੰਮ ਕਰਾਉਣ ਦਾ ਹੈਗਾ ਵਾ, ਇਹ ਹੁਣ ਇਹਦੇ ਮੂੰਹ 'ਤੇ ਨਹੀਂ, ਇਹ ਸਾਡੀ ਟੀਮ ਦਾ ਔਰ ਮੇਰਾ ਭਾਈ ਆ, ਬਹੁਤ ਵਧੀਆ ਕੰਮ ਆਪਣੇ ਇਲਾਕੇ ਨੂੰ ਐਨ ਪੂਰਾ ਚਮਕਾਇਆ ਹੋਇਆ, ਕੋਈ ਬੰਦਾ ਇਹਦੇ ਕੋਲੋਂ ਖਾਲੀ ਨਹੀਂ ਜਾਂਦਾ, ਔਰ ਬਹੁਤ ਵਧੀਆ ਕੰਮ ਕਰਾਇਆ। ਗੋਗੀ ਜੀ ਜੋੜੀ ਕਦੋਂ ਦੀ ਹੈ? ਗੋਗੀ ਜੀ ਸਾਡੇ ਬਚਪਨ ਦੇ, ਅਸੀਂ ਬਹੁਤ ਪੁਰਾਣੇ ਹਾਂ, ਸਿਆਸਤ 'ਚ ਵੀ ਅਸੀਂ ਇਕੱਠੇ ਹਾਂ, ਅਤੇ ਸਾਡੇ ਆਪਸੀ ਪਰਿਵਾਰਕ ਸੰਬੰਧ ਵੀ ਨੇ ਬੜੇ ਪੁਰਾਣੇ, ਅਤੇ ਅਸੀਂ ਤਕਰੀਬਨ ਛੋਟੇ ਉਮਰਾਂ ਤੋਂ ਹੀ ਅਸੀਂ ਇਕੱਠੇ ਇੱਕ ਦੂਜੇ ਨਾਲ ਚੱਲਦੇ ਆ ਰਹੇ ਹੈਗੇ, ਔਰ ਸਾਡਾ ਪਰਿਵਾਰ ਆ। ਇਹ ਇਲੈਕਸ਼ਨ ਪੱਪੀ ਜੀ ਦੀ ਨਹੀਂ ਹੈ, ਇਹ ਸਾਡੀ ਆਪਣੀ ਇਲੈਕਸ਼ਨ ਆ, ਅਸੀਂ ਸਾਰੇ ਪੱਪੀ ਆ, 9 ਦੇ 9 MLA, ਠੀਕ ਹੈ, ਇਸ ਟਾਈਮ ਅਸੀਂ ਰਲ ਕੇ ਬਿਲਕੁਲ ਇਹ ਸੀਟ ਕੱਢ ਕੇ ਅਸੀਂ ਹਾਈਕਮਾਂਡ ਦੀ ਝੋਲੀ 'ਚ ਪਾਉਣੀ ਆ, ਔਰ ਆਪਣੇ ਭਰਾ ਨੂੰ ਸੰਸਦ 'ਚ ਭੇਜਣਾ, ਕਿਉਂਕਿ ਇਹਦੀ ਆਵਾਜ਼ ਬਿਨਾਂ ਮਾਈਕ ਤੋਂ ਵੀ ਇੰਨੀ ਉੱਚੀ ਆ ਕਿ ਮੋਦੀ ਦੇ ਕੰਧ ਦੇ ਪਰਦੇ ਪਾੜ ਦੂ, ਜੇ ਕੋਈ ਵੀ ਉੱਤੇ ਲੀਡਰ ਕੋਈ ਵੀ ਆ ਕੇ ਸਾਡੀ ਕਰੇਗਾ ਨਾ, ਮੈਨੂੰ ਪਤਾ ਵੀ ਸਾਡੇ ਬੱਬਰ ਸ਼ੇਰ ਨੇ ਧਾਕੜ ਬੰਦਾ ਇਹ, ਅਤੇ ਇਹਨੇ ਕੰਮ ਖਿੱਚੇ। ਪਰ ਰਵਨੀਤ ਸਿੰਘ ਬਿੱਟੂ ਕਹਿ ਰਹੇ ਕਿ ਇੱਧਰ ਮੋਦੀ ਸਾਹਿਬ ਆ ਸਕਦੇ ਆ, ਗ੍ਰਹਿ ਮੰਤਰੀ ਆ ਸਕਦੇ ਆ, ਵੱਡੀਆਂ ਰੈਲੀਆਂ ਹੋ ਸਕਦੀਆਂ ਨੇ। ਗੱਲ ਇਹ ਆ, ਮੋਦੀ ਸਾਹਿਬ ਪਹਿਲਾਂ ਵੀ ਆਏ ਸੀ, ਕੁਰਸੀਆਂ ਖਾਲੀ ਮਿਲੀਆਂ ਨਾ 5 ਸਾਲ ਪਹਿਲਾਂ, ਕੁਰਸੀਆਂ ਖਾਲੀ ਮਿਲੀਆਂ ਨਾ, ਭਾਸ਼ਣ ਖਾਲੀ ਕੁਰਸੀਆਂ ਨੂੰ ਦੇਖ ਕੇ ਗਏ ਨਾ, ਇੱਦਾਂ ਹੀ ਹੋਣਾ, ਕਿਉਂਕਿ ਜਿਹੜਾ ਪ੍ਰਧਾਨ ਮੰਤਰੀ ਵਿਤਕਰਾ ਕਰੇ ਆਪਣੀ ਸਟੇਟ ਨਾਲ, ਆਪਣੇ ਬੱਚੇ ਨਾਲ, ਜਿਹੜਾ ਉਹ ਸਟੇਟ ਕਮਾਊ ਪੁੱਤ ਹੋਵੇ, ਭਾਵੇਂ ਆਉਂਦਾ ਤਾਂ ਕਿਸਾਨ ਹੋਣ, ਇੰਡਸਟਰੀ ਹੋਵੇ, ਆਪਣੇ ਸਾਡੇ ਛੋਟੇ ਵਰਗ ਦੇ ਵਪਾਰੀ ਹੋਣ, ਜਾਂ ਮਤਲਬ ਕੋਈ ਵੀ ਨੌਜਵਾਨ ਲਗਾ ਲਓ, ਮਤਲਬ ਹਰ ਪਾਸੇ ਜੇ ਤੁਸੀਂ ਉਹਨਾਂ ਨਾਲ ਵਿਤਕਰਾ ਕਰੋਗੇ, ਸਾਡਾ ਹੱਕ ਸਾਨੂੰ ਨਹੀਂ ਦਿਓਗੇ, ਭਾਵੇਂ RDF ਰੋਕਿਆ, ਤੁਸੀਂ ਪਤਾ 8000 ਕਰੋੜ ਉਹ ਰੋਕਿਆ ਹੋਇਆ, GST ਰੋਕਿਆ ਹੋਇਆ,
ਮਤਲਬ ਕੋਈ ਸਾਨੂੰ ਹੋਰ ਪੰਜਾਬ ਵਾਸਤੇ ਕੋਈ ਗ੍ਰਾਂਟ ਨਹੀਂ ਦਿੱਤੀ ਜਾ ਰਹੀ। ਕਿਸਾਨ ਸਾਡੇ ਬਾਰਡਰਾਂ 'ਤੇ ਬੈਠੇ ਨੇ, ਬੈਰੀਕੇਡ ਲਾ ਤੇ ਵੀ ਪੰਜਾਬ ਨੂੰ ਬਿਲਕੁਲ ਕੱਟ ਆਫ ਕਰਤਾ ਕੇਂਦਰ ਨਾਲੋਂ ਸਾਨੂੰ, ਮਤਲਬ ਬਿਲਕੁਲ ਇੱਕ ਸੁਤੇਲੀ ਮਾਂ ਵਾਲਾ ਜਿਹੜਾ ਵਿਹਾਰ ਆ ਮੋਦੀ ਸਾਹਿਬ ਦਾ, ਇਹ ਉਹਨਾਂ ਨੂੰ 1 ਜੂਨ ਨੂੰ ਲੋਕਾਂ ਨੇ ਜਵਾਬ ਦੇ ਦੇਣਾ ਵੋਟ ਪਾ ਕੇ। ਪਰ ਮੈਂ ਸੁਣ ਰਿਹਾ ਸੀ ਕਹਿ ਰਹੇ ਕਿ ਇੱਕ ਵੱਡਾ ਪਿੱਲਰ ਤੁਸੀਂ ਸੀਗੇ ਰਮਨੀਤ ਸਿੰਘ ਬਿੱਟੂ ਨੂੰ ਜਿਤਾਉਣ ਵਾਲੇ ਗੋਗੀ ਜੀ ਸੀਗੇ, ਉਹ ਪਿੱਲਰ ਪਿੱਛੇ ਕਿਉਂ ਹੋਇਆ, ਕਾਂਗਰਸ ਕਿਉਂ ਛੱਡੀ, ਆਖਰ ਕਾਰਨ ਕੀ? ਦੇਖੋ ਗੱਲ ਇਹ ਆ, ਇਹ ਜਿਹੜੀ ਕਾਂਗਰਸ ਪਾਰਟੀ ਹੈ ਪ੍ਰਾਈਵੇਟ ਲਿਮਿਟਡ ਕੰਪਨੀ ਬਣ ਚੁੱਕੀ ਹੈ ਇਸ ਟਾਈਮ, ਰਾਈਟ? ਜਿਹੜਾ ਝੋਲਾ ਦੇ ਕੇ ਆਉਂਦਾ, ਝੋਲਾ ਜਿਹੜੇ ਝੋਲਾ ਲੀਡਰ ਆਉਂਦੇ ਸੀ ਰਾਜਸਥਾਨ ਤੋਂ, ਮੱਧ ਪ੍ਰਦੇਸ਼ ਤੋਂ, ਇਹਨਾਂ ਦੇ ਪ੍ਰਵਕਤੇ ਬਣ ਕੇ, ਇਹਨਾਂ ਦੇ ਪ੍ਰਭਾਰੀ ਬਣ ਕੇ, ਉਹ ਉੱਥੋਂ ਥੋਕ 'ਚ ਟਿਕਟਾਂ ਲਿਆਉਂਦੇ ਸੀ, ਇੱਥੇ ਪਰਚੂਨ 'ਚ ਵੇਚਦੇ ਸੀ। ਠੀਕ ਆ, ਅਸੀਂ ਆਮ ਘਰਾਂ ਦੇ ਲੋਕ ਹਾਂ, ਅਸੀਂ ਨਹੀਂ ਪੈਸਾ ਲਾ ਸਕਦੇ, ਸਾਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਆ, ਘਰ ਬੁਲਾ ਕੇ ਸਾਨੂੰ ਟਿਕਟ ਦਿੱਤੀ ਹੈ, ਘਰ ਬੈਠਿਆਂ ਨੂੰ ਟਿਕਟ ਦਿੱਤੀ ਆ, ਸਾਡੇ ਕੰਮਾਂ ਨੂੰ ਦਿੱਤੀ ਆ, ਉਹਨਾਂ ਨੇ ਦੇਖ ਲਿਆ ਵੀ ਇਹ ਕੰਮ ਕਰਨ ਵਾਲੇ ਬੰਦੇ ਨੇ। ਠੀਕ ਆ, ਉਹਨਾਂ ਨੇ ਸਾਨੂੰ ਪਛਾਣ ਲਿਆ ਔਰ ਇੱਕ ਸਾਲ 'ਚ ਸਾਨੂੰ ਉਹਨਾਂ ਨੇ, ਮੈਨੂੰ ਤਾਂ 24 ਦਿਨ ਮਿਲੇ ਜੁਆਇਨ ਕੀਤੀ ਜਦੋਂ ਮੈਂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ, ਸਿਰਫ 24 ਦਿਨ 'ਚ ਮੈਂ ਇਲੈਕਸ਼ਨ ਜਿੱਤੀ ਆ। ਠੀਕ ਹੈ, ਔਰ ਇਲੈਕਸ਼ਨ ਜਿੱਤੀ ਤਾਂ ਹੀ ਬੰਦਾ ਜਿੱਦਾਂ ਵੀ ਜੇ ਸਾਡੇ 'ਚ ਕੁਛ ਕੈਲੀਬਰ ਸੀਗਾ, ਲੋਕ ਸਾਨੂੰ ਪਿਆਰ ਕਰਦੇ ਸੀ, ਲੋਕਾਂ ਦੇ ਨਾਲ ਅਸੀਂ ਤੁਰਦੇ ਹਾਂ, ਕੁਛ ਦੇ ਵਿੱਚ ਇਹ ਚੀਜ਼ ਹੁੰਦੀ ਹੈ। ਪੱਪੀ ਜੀ ਦੀ ਕੁਆਲਿਟੀਜ਼ ਕੀ ਦੇਖਦੇ ਹੋ ਕਿ ਲੋਕੀ ਪਸੰਦ ਵੀ ਕਰਦੇ ਆ ਔਰ ਵੋਟ ਵੀ ਪਾਣ? ਪੱਪੀ ਜੀ ਦੀ ਕੁਆਲਿਟੀ ਇਹ ਆ, ਇਹ ਇਹ ਬੱਗ ਦੇ ਹੜਾਂ 'ਚ, ਬੱਗ ਦੀਆਂ ਅੱਗਾਂ 'ਚ, ਚੱਖ ਦੇ ਝੱਖਣਾਂ 'ਚ ਇਹ ਬੰਦਾ ਸੀਨਾ ਤਾਣ ਕੇ ਆਪਣੇ ਲੋਕਾਂ ਲਈ ਖੜਦਾ, ਜਿਹਨੇ ਜਿਹੜੇ ਲੋਕਾਂ ਨੇ ਇਹਨਾਂ ਨੂੰ ਬਣਾਇਆ, ਇਹ ਲੋਕਾਂ ਨੂੰ ਆਪਣਾ ਰੱਬ ਮੰਨਦਾ ਔਰ ਚਾਹੀਦਾ ਵੀ ਆ, ਅਸੀਂ ਵੀ ਮੰਨਦੇ ਹਾਂ, ਕਿਉਂਕਿ ਰੱਬ ਰੂਪੀ ਸੰਗਤ ਹੁੰਦੀ ਹੈ। ਜੇ ਜੇ ਤੁਹਾਡੇ 'ਤੇ ਵਿਸ਼ਵਾਸ ਉਹ ਦਿੰਦੀ ਆ ਸੰਗਤ ਕਿ ਵੀ ਆਹ ਨੁਮਾਇੰਦਾ ਅਸੀਂ ਆਪਣਾ ਬਣਾ ਕੇ ਭੇਜ ਰਹੇ ਹਾਂ, 2.5-3 ਲੱਖ ਬੰਦੇ 'ਚੋਂ ਇੱਕ ਸਾਨੂੰ ਚੁਣ ਕੇ ਪਬਲਿਕ ਲੈ ਕੇ ਆਈ ਆ, ਕੁਛ ਤਾਂ ਪਬਲਿਕ ਨੇ ਸਾਡੇ 'ਚ ਦੇਖਿਆ ਨਾ। ਪਰ ਤੁਹਾਡੇ ਜਿਹੜੇ ਕਾਂਗਰਸੀ ਲੀਡਰ ਹੀ ਨੇ, ਉਹ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਦੇ ਕਰੇ, ਇਹ ਤਾਂ ਭਗਵੰਤ ਮਾਨ ਦਾ ਪੱਪੀ ਹੈ। ਗੱਲ ਇਹ ਆ, ਅਸੀਂ ਸਾਰੇ ਭਗਵੰਤ ਮਾਨ ਦੇ ਪੱਪੀ ਆ, ਕੀ ਪ੍ਰੋਬਲਮ ਆ? ਪੱਪੀ ਵੀ ਪੱਪੀ ਆ, ਭਗਵੰਤ ਮਾਨ ਦਾ ਗੋਗੀ ਵੀ ਪੱਪੀ ਆ, ਠੀਕ ਆ ਨਾ? ਜਿੰਨੇ 92 ਅਸੀਂ ਸਾਰੇ ਭਗਵੰਤ ਮਾਨ ਦੇ ਪੱਪੀ ਹੈਗੇ ਆ, ਕੀ ਪ੍ਰੋਬਲਮ ਆ? ਅਸੀਂ ਉਹਦੇ ਉਹ, ਪਰ ਉਹ ਦੂਜੇ ਵੇ ਨਾਲ ਬੋਲਦੇ ਆ, ਉਹਨਾਂ ਦਾ ਬੋਲਣ ਦਾ ਗੱਲ ਇਹ ਆ, ਉਹਨਾਂ ਦੇ ਕੋਲ ਕੁਛ ਨਹੀਂ ਹੈ, ਕੋਈ ਮੁੱਦਾ ਨਹੀਂ, ਕੋਈ ਪੰਜਾਬ ਦੇ ਲਈ ਵਿਜ਼ਨ ਹੈ, ਬਿੱਟੂ ਦਾ ਕੋਈ ਵਿਜ਼ਨ ਹੈ, ਰਾਜਾ ਵੜਿੰਗ ਦਾ ਕੋਈ ਵਿਜ਼ਨ ਹੈ? ਬਿੱਟੂ 10 ਸਾਲ ਇੱਥੇ ਰਿਹਾ, ਦੱਸੋ ਉਹਨੇ ਕਿਹੜਾ ਐਸਾ ਕੰਸੈਪਟ ਲੈ ਕੇ ਆਇਆ ਪੰਜਾਬ ਵਾਸਤੇ, ਕਿਹੜਾ ਮੁੱਦਾ ਲੈ ਕੇ ਆਇਆ, ਕਿੰਨੀ ਕੁ ਵਾਰ ਲੋਕ ਸਭਾ 'ਚ ਉਹਨੇ ਉੱਠ ਕੇ ਡਿਬੇਟ ਕੀਤੀ, ਬੋਲਿਆ, ਖੜਿਆ? ਠੀਕ ਹੈ, ਉਹ ਤਾਂ ਆਪ ਕੀ, ਮੈਂ 10 ਸਾਲ ਤੋਂ ਅਮਿਤ ਸ਼ਾਹ ਦੇ ਸੰਪਰਕ 'ਚ, ਠੀਕ ਹੈ ਨਾ? ਇਹ ਤਾਂ ਪਹਿਲੇ ਕਹਿੰਦੇ, ਹੁਣ ਮੈਂ ਇੱਕ ਪੰਜਾਬੀ ਦੀ ਕਹਾਵਤ ਆ, ਮੈਂ ਤੁਹਾਡੇ ਪੜਦੇ ਮੂਹਰੇ ਕਹਿਣੀ ਚਾਹੁੰਦਾ, ਕੁੱਤੀ ਚੋਰਾਂ 'ਚ ਰਲ ਗਈ, ਇਹ ਤਾਂ ਪਹਿਲੇ ਰਲੇ ਹੋਏ ਸੀ, ਰਾਈਟ? ਅਤੇ ਇਹਨਾਂ 'ਤੇ ਲੋਕਾਂ ਨੇ ਕੀ ਵਿਸ਼ਵਾਸ ਕਰਨਾ, ਜਿਹੜੇ ਸਿਰਫ ਜਿੱਦਾਂ ਜਿਹੜੀ ਪਾਰਟੀ ਨੇ ਇਹਨਾਂ ਨੂੰ 3 ਵਾਰ MP ਬਣਾਇਆ, ਇਹਦਾ ਦਾਦਾ ਜੀ ਮੁੱਖ ਮੰਤਰੀ ਰਹੇ, ਇਹਦੀ ਭੂਆ ਜੀ ਕੈਬਨਿਟ ਮਿਨਿਸਟਰ, ਇਹਨਾਂ ਦੇ ਤਾਇਆ ਜੀ ਕੈਬਨਿਟ ਮਿਨਿਸਟਰ, ਇਹਨਾਂ ਦਾ ਬ੍ਰਦਰ ਕੈਬਨਿਟ ਮਿਨਿਸਟਰ ਆ, ਇੰਨੀਆਂ ਚੀਜ਼ਾਂ ਮਾਣ ਕੇ ਜੇ ਤੁਸੀਂ ਆਪਦੀ ਪਾਰਟੀ ਦੇ ਸਕੇ ਨਹੀਂ, ਤਾਂ ਤੁਸੀਂ ਲੋਕਾਂ ਦੇ ਪ੍ਰਤੀ ਤਾਂ ਤੁਸੀਂ ਪਹਿਲੇ 10 ਸਾਲ ਤੋਂ ਰੂਪੋਸ਼ ਹੋ, ਕਿਸੇ ਦਾ ਫੋਨ ਨਹੀਂ ਚੱਕਦੇ, ਕਿਸੇ ਨੂੰ ਮਿਲਦੇ ਨਹੀਂ, ਜਦੋਂ ਤੁਸੀਂ ਨਾਲ ਸੀਗੇ ਤੁਸੀਂ ਨਹੀਂ ਪਛਾਣਿਆ ਸੀ, ਅਸੀਂ ਤਾਂ ਪਛਾਣ ਚੁੱਕੇ ਸੀ, ਅਸੀਂ ਤਾਂ ਪਹਿਲੇ ਛੱਡਤਾ ਸੀ, ਸਮਝਾਉਂਦੇ ਸੀ, ਉਦੋਂ ਸਾਡਾ ਫੋਨ ਨਹੀਂ ਸੀ ਚੱਕਦਾ ਜਨਾਬ, ਕੰਮ ਵੇਲੇ ਫੋਨ ਕਰਦਾ ਸੀ, ਕੰਮ ਵੇਲੇ ਫੋਨ ਚੱਕਦਾ ਸੀ, ਅਦਰਵਾਈਜ਼ ਤਾਂ ਮੈਂ ਫੋਨ ਹੀ ਚੱਕਦੇ ਚੱਕਦੇ ਨਹੀਂ ਸੀ ਜਨਾਬ। ਕੋਈ 1-2 ਚੀਜ਼ਾਂ ਯਾਦ ਨੇ ਉਸ ਸਮੇਂ ਦੀਆਂ? ਬਿਲਕੁਲ ਯਾਦ ਨੇ, ਮੇਰੇ ਕੋਲ ਤਾਂ 1-1 ਪਲ ਯਾਦ ਆ ਸਾਡੇ, ਕੀ ਨਹੀਂ ਯਾਦ? ਮੇਰੇ 'ਤੇ ਅਟੈਕ ਹੋਇਆ ਜਦੋਂ ਚਿੱਟੇ ਰਾਵਣ ਦਾ, ਮੇਰੇ ਹੱਥ 'ਤੇ ਸਟਿੱਕ ਆਈ ਆ, ਮੇਰੀ ਸਪਾਈਨ ਤੋੜੀ ਆ ਅਕਾਲੀ ਦਲ ਦੇ ਉਦੋਂ ਵਰਕਰਾਂ ਨੇ, ਠੀਕ ਹੈ, ਉਹਦੇ ਭੱਜ ਹੀ ਗਏ ਸੀ ਸਾਰੇ, ਮੈਨੂੰ ਹਸਪਤਾਲ 'ਚ ਸੁੱਟ ਕੇ, ਹਸਪਤਾਲ 'ਚ ਸੁੱਟ ਕੇ ਇੱਕ ਦਿਨ ਮੇਰੀ ਖਬਰ ਲੈਣ ਥੋੜ੍ਹੀ ਆਏ ਨੇ। ਅੱਛਾ, ਯੈਸ, ਲੜਾਈ ਗੋਗੀ ਤਾਂ ਨਹੀਂ ਸੀ ਨਾ, ਲੜਾਈ ਤਾਂ ਇਹਨਾਂ ਦੀ ਪਾਰਟੀ ਲੜਦਾ ਪਿਆ ਸੀ, ਗੋਗੀ ਨੇ ਜਿਤਾਇਆ ਤਾਂ ਗੋਗੀ ਦਾ ਹਾਲ ਵੀ ਨਹੀਂ ਪੁੱਛਿਆ, ਪੁੱਛ ਆਏ ਨਹੀਂ, ਜਦਕਿ ਬਾਕੀ ਲੀਡਰ ਆਏ ਨੇ, ਸਾਰੇ ਹਾਲ ਪੁੱਛ ਕੇ, ਤਾਂ ਜਨਾਬ ਮੁੜ ਕੇ ਆਏ ਵੀ ਨਹੀਂ।
ਤਾਂ ਹੀ ਕਾਲੀਆਂ ਚੰਡੀਆਂ ਲੋਕ ਦੀ ਖਾ ਰਹੇ ਲੁਧਿਆਣੇ ਵਾਲੇ, ਫਿਰ ਦਿਖਾਣਗੀ ਜਿਹੜੇ ਆਪਣਿਆਂ ਨੂੰ ਮਾਰ ਕੇ ਸਾਡੇ ਸੀਨੇ 'ਤੇ ਚੜ੍ਹ ਕੇ ਅਤੇ ਸਿਆਸਤਾਂ ਕੀਤੀਆਂ ਨੇ, ਸਾਡੀ ਉਂਗਲ ਫੜ ਕੇ ਚੱਲੇ ਆ ਬੰਦਿਆਂ ਬਿੱਟੂ, ਅਤੇ ਅੱਜ ਇਹ ਕਵੇ ਵੀ ਮੈਂ ਬਹੁਤ ਵੱਡਾ ਸਿਆਸਤਦਾਨ ਬਣ ਗਿਆ? ਮੈਂ ਤਾਂ ਕਹਿੰਦਾ ਖੁੱਲ੍ਹੀ ਡਿਬੇਟ ਕਰਾਓ ਸਾਡੇ ਨਾਲ, ਦੋਨੋਂ ਭਰਾਵਾਂ ਨਾਲ ਗੱਭੇ ਬਿਠਾਉਂਦੇ ਉਹਨੂੰ, ਚੈਲੇਂਜ ਆਉਣ ਤੁਹਾਡੇ ਕੈਮਰੇ ਦੇ ਮੂਹਰੇ, ਦੋਨੋਂ ਕੈਂਡੀਡੇਟਾਂ ਨੂੰ ਬਿਠਾਓ ਜੀ, ਕਾਂਗਰਸ ਨੂੰ ਵੀ ਬਿਠਾਓ, ਇਹਨਾਂ ਨੂੰ ਵੀ ਬਿਠਾਓ। ਪੱਪੀ ਜੀ ਕਹਿ ਰਹੇ ਸੀਗੇ ਇਹਨਾਂ ਦੇ ਭਰਾ ਸੀਗੇ, ਉਹਨਾਂ ਨੇ ਬੇਅੰਤ ਸਿੰਘ ਦੀ ਐਂਟਰੀ ਜਿਹੜੀ ਹੈ ਲੁਧਿਆਣੇ ਦੇ ਵਿੱਚ ਕਰਾਈ ਸੀ। ਬਿਲਕੁਲ, ਇਹਨਾਂ ਬ੍ਰਦਰ ਇਹਨਾਂ ਦੇ ਸ਼ਹੀਦ ਹੋਏ ਨੇ ਅੱਤਵਾਦ ਦੇ ਟਾਈਮ 'ਚ, ਸਾਡੇ ਵੱਡੇ ਭਰਾ ਸਤਪਾਲ ਪਰਾਸ਼ਰ ਸਾਹਿਬ ਸ਼ਹੀਦ ਹੋਏ ਨੇ। ਕਿੰਨਾ ਪਿੱਛੇ ਹੋਏ ਨੇ? ਪਾਰਟੀ ਪਿੱਛੇ, ਆਪਣੇ ਲੋਕ, ਪੰਜਾਬ ਪਿੱਛੇ ਸ਼ਹੀਦ ਹੋਏ ਨੇ। ਕੀ ਸ਼ਹਾਦਤ ਦਾ ਕੀ ਮੁੱਲ ਦਿੱਤਾ? ਕੋਈ ਮੁੱਲ ਨਹੀਂ ਦਿੱਤਾ ਪਾਰਟੀ। ਬਿੱਟੂ ਰਾਜਵੜਿੰਗ ਬਹੁਤ ਹੋ ਰਹੀ ਹੈ, ਕੋਈ ਮੁੱਦਿਆਂ ਦੀ ਲੜਾਈ ਨਹੀਂ ਹੋ ਰਹੀ, ਕੋਈ ਪਾਰਟੀ ਬਾਜੀ ਦੀ। ਮੈਂ ਤਾਂ ਉਹੀ ਕਹਿਣਾ, ਸਾਡੇ ਤੋਂ ਤੁਸੀਂ ਨਾ ਪੁੱਛਣਾ, ਇਹਨਾਂ ਜਿਹੜੇ ਆਊਟਡੇਟਡ ਲੋਕ, ਐਕਸਪਾਇਰੀ ਲੋਕ ਨੇ ਇਹ, ਲੋਕਾਂ ਦੇ ਨਕਾਰੇ, ਇਹਨਾਂ ਬਾਰੇ ਨਾ ਪੁੱਛੋ। ਇਹਨਾਂ ਲਈ ਟਾਈਮ ਨਾ ਸਾਡਾ ਖਰਾਬ ਕਰੋ, ਨਾ ਆਪਣਾ ਕਰੋ, ਨਾ ਆਪਾਂ ਜਿਹੜੇ ਸਾਡੇ ਸਰੋਤੇ ਦੇਖਦੇ ਆ ਨਾ ਅਸੀਂ ਉਹਨਾਂ ਦਾ ਕਰੀਏ। ਸਾਡੇ ਵਿਜ਼ਨ 'ਤੇ ਧਿਆਨ ਦਿਓ ਕਿ ਅਸੀਂ ਜੇ ਸਾਡਾ ਵੀਰ ਸੰਸਦ 'ਚ ਜਾਂਦਾ ਤਾਂ ਸਾਡਾ ਵਿਜ਼ਨ ਕੀ ਹੋਊ ਲੁਧਿਆਣੇ ਵਾਸਤੇ, ਅਸੀਂ ਕਿਸ ਸਪਿਰਿਟ ਦੇ ਨਾਲ ਇਲੈਕਸ਼ਨ ਲੜਦੇ? ਮਾਇਨੇ ਨਹੀਂ ਰੱਖਦੇ, ਇਹ ਕੁਛ ਵੀ ਨਹੀਂ ਹੈ, ਨਥਿੰਗ ਜੀ, ਇਹ ਨਕਾਰੇ ਹੋਏ ਨੇ, ਬਿਲਕੁਲ ਖਤਮ ਨੇ। ਪੰਜਾਬ ਦਾ ਕਾਂਗਰਸ ਦਾ ਪ੍ਰਧਾਨ ਸਰ, ਮੇਰੀ ਗੱਲ ਸੁਣੋ, ਐਮਪੀ ਐਮਪੀ ਸੀ ਨਾ, ਹੁਣ ਤਾਂ ਨਹੀਂ ਨਾ, ਅੱਗੋਂ ਨਾਲੇ ਬਣਨਾ, ਹੁਣ ਐਕਸ ਹੀ ਲਿਖਿਆ ਜਾਣਾ ਉਹਦੇ ਮੂਹਰੇ। ਪਰ ਉਹ ਕਹਿ ਰਹੇ ਕਿ ਸੈਂਟਰ ਤੱਕ ਪਹੁੰਚਿਆ ਪ੍ਰਧਾਨ ਮੰਤਰੀ ਦਾ ਕਹਿਣਾ, ਹੁਣ ਪ੍ਰੋਜੈਕਟ ਹੁਣ ਲੈ ਕੇ ਆਣੇ ਆ, ਕਿਸਾਨਾਂ ਦਾ ਹੱਲ ਮੈਂ ਕਰਾਣਾ, ਪ੍ਰਧਾਨ ਮੰਤਰੀ ਪੰਜਾਬ ਦੇ ਪ੍ਰੋਜੈਕਟ ਲੈ ਕੇ ਆਣੇ ਆ, ਕਰਜ਼ਾ ਦੀ ਗੱਲ ਹੋਣੀ ਹੈ, ਕਰਜ਼ਾ ਮਾਫ਼ੀ ਦੀ। ਸੁਣ ਤਾਂ ਲਓ, ਵਿੱਚ ਸੀਗਾ ਕਹਿੰਦਾ ਸੀ ਮੈਂ 10 ਸਾਲ ਤੋਂ ਅਮਿਤ ਸ਼ਾਹ ਦੇ ਨਾਲ ਆ, ਫਿਰ 10 ਸਾਲ ਤੋਂ ਅਮਿਤ ਸ਼ਾਹ ਦੇ ਨਾਲ ਸੀਗਾ, ਤੇ ਸਾਡੇ ਕਿਸਾਨ ਕਿਉਂ ਉੱਥੇ ਸ਼ਹੀਦ ਹੋਏ, ਕਿਉਂ ਸਾਡੀਆਂ ਭੈਣਾਂ ਧੀਆਂ ਦੀ ਉੱਥੇ ਬੇਇੱਜ਼ਤੀ ਹੋਈ, ਕਿਉਂ ਸਾਡੇ ਉੱਥੇ ਬੱਚੇ ਮਰੇ ਨੇ ਉੱਥੇ? ਪਰ ਉਹ ਤਾਂ ਕਹਿ ਰਹੇ ਕਿ ਅਸੀਂ ਬੈਠੇ ਸੀਗੇ, ਬੈਠੇ ਸੀ ਕਾਹਦੇ ਬੈਠੇ ਸੀ? ਮੈਂ ਤਾਂ ਪਹਿਲੀ ਗੱਲ ਕੁੱਤੀ ਚੋਰਾਂ 'ਚ ਰਲੀ, ਮੈਂ ਦੁਬਾਰਾ ਫਿਰ ਕਹਿ ਰਿਹਾ, ਇਹ ਤਾਂ ਕਹਿ ਰਹੇ ਕਿ ਕਾਂਗਰਸ ਦੇ ਤਾਂ ਐਮ ਪੀ ਬੈਠੇ ਸੀ ਦਿੱਲੀ, ਇਹ ਤਾਂ ਸੂਹੀਏ ਸੀਗੇ, ਇਹ ਤਾਂ ਸੂਹਾ ਲੈ ਕੇ ਉਹਨਾਂ ਨੂੰ ਦਿੰਦੇ ਸੀ, ਏਜੰਟ ਸੀ ਬੀਜੇਪੀ ਦੇ, ਹੁਣ ਇਹ ਖੁੱਲ੍ਹ ਕੇ ਸਾਹਮਣੇ ਇਹਨਾਂ ਦਾ ਜਿਹੜਾ ਬਿੱਲੀ ਠੈਲੇ 'ਚੋਂ ਬਾਹਰ ਆ ਗਈ ਆ। ਇਹਨਾਂ ਬੇਵਕ ਤਾਂ ਹੀ ਬੋਲੂਗਾ ਜੇ ਅਸੀਂ ਸੱਚੇ ਹਾਂ। ਇਸ ਕਰਕੇ ਇਹਨਾਂ ਨੂੰ ਲੋਕਾਂ ਨੇ ਬਿਲਕੁਲ ਮੂੰਹ ਨਹੀਂ ਲਾਉਣਾ, ਬਿਲਕੁਲ ਨੇੜੇ ਨਹੀਂ ਖੜੇ ਕਰਨਾ, ਇੱਕ ਗੱਲ ਸੁਣ ਲਿਓ, ਲੋਕ ਨਫ਼ਰਤ ਕਰਦੇ ਇਹਨਾਂ ਨੂੰ। ਪਰ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਕਿ ਰਵਨੀਤ ਸਿੰਘ ਬਿੱਟੂ ਨੂੰ ਹਰਾਉਣਾ, ਅਗਰ ਅਗਰ ਉਹ ਜਿੱਤ ਗਿਆ ਤਾਂ ਮੈਂ ਸਿਆਸਤ ਛੱਡ ਦੂੰ। ਦੂਜੀ ਤਰਫ ਰਾਜਵੜਿੰਗ ਨੂੰ ਭੇਜਿਆ, ਇੱਕ ਤਰਫ ਉਹ ਬਿਆਨਬਾਜ਼ੀ ਕਰਦੇ ਆ, ਗੱਦਾਰ ਸ਼ਬਦ ਤੱਕ ਵਰਤਦੇ ਆ, ਦੂਜੀ ਤਰਫ ਦੇਖਿਆ ਜਾਂਦਾ ਕਿ ਕਿਤੇ ਮਿਲਦੇ ਆ, ਹੱਥ ਵੀ ਜੋੜਦੇ, ਇਕੱਠੇ ਹੱਥ ਦੇ ਬੋਲਦੇ, ਜੱਫੀਆਂ ਵੀ ਪਾਉਂਦੇ ਨੇ, ਨਾਲ ਵੀ ਜੱਫੀਆਂ ਵੀ। ਫਿਰ ਤੁਸੀਂ ਕੀ ਸਮਝਦੇ ਹੋ, ਫਰੈਂਡਲੀ ਮੈਚ ਨਹੀਂ ਇਹਨਾਂ ਦਾ, ਮੈਚ ਫਿਕਸ ਨਹੀਂ ਦੋਨਾਂ ਪਾਰਟੀਆਂ ਦਾ, ਕਾਂਗਰਸ ਦਾ ਤੇ ਬੀਜੇਪੀ ਦਾ? ਫਿਰ ਲੋਕੀ ਵਿਸ਼ਵਾਸ ਕਿਸ ਤੇ? ਲੋਕ ਵਿਸ਼ਵਾਸ ਸਾਡੇ ਤੇ ਕਰ ਰਹੇ ਆ ਅੱਜ ਦੀ ਡੇਟ 'ਚ, ਕਿਉਂਕਿ 2 ਸਾਲ 'ਚ ਸਾਡੀ ਸਰਕਾਰ ਨੇ, ਮਾਨ ਸਾਹਿਬ ਦੀ ਸਰਕਾਰ ਨੇ ਘਰ ਘਰ ਬਿਜਲੀ ਮਾਫ਼ ਕੀਤੀ, ਜ਼ੀਰੋ ਬਿੱਲ ਆਏ, 40-45 ਹਜ਼ਾਰ ਨੌਕਰੀ ਦਿੱਤੀ, ਜਿਹੜੇ ਸਰਕਾਰਾਂ ਜ਼ਮੀਨਾਂ ਇਹ ਵੇਚਦੇ ਸੀ, ਅਸੀਂ ਥਰਮਲ ਪਲਾਂਟ ਖਰੀਦਿਆ ਗੋਇੰਦਵਾਲ ਸਾਹਿਬ ਵਾਲਾ, ਉਹਨੂੰ ਚਾਲੂ ਕਰਨ ਲੱਗੇ। ਉਸ ਨੂੰ ਲੈ ਕੇ ਤਾਂ ਜਿਹੜੇ ਕਾਂਗਰਸ ਦੇ ਆਪਣਾ ਸੀਨੀਅਰ ਲੀਡਰ ਨੇ ਉਹ ਵੀ ਬਿਆਨਬਾਜ਼ੀ, ਸਾਨੂੰ ਮਿਰਚਾਂ ਲੜਨ ਗਿਆ ਨਾ, ਕਿਉਂਕਿ ਉਹਨਾਂ ਨੇ ਕੀਤਾ ਕੁਛ ਨਹੀਂ। ਚਿੱਟਾ ਹਾਥੀ ਆ ਉਹ ਤਾਂ ਸਰ, ਚਿੱਟਾ ਹਾਥੀ ਆ ਨਾ, ਸਾਨੂੰ ਜੇ ਚਿੱਟਾ ਹਾਥੀ ਲਿਆ ਨਾ, ਸਾਨੂੰ ਉਹਨੂੰ ਪਾਲਣਾ ਵੀ ਆਉਂਦਾ। ਚਿੱਟਾ ਹਾਥੀ ਲਿਆ ਨਾ ਅਸੀਂ, ਸ਼ੌਕ ਜੇ ਅਸੀਂ ਲਿਆ ਨਾ ਲੋਕਾਂ ਵਾਸਤੇ, ਲਿਆ ਉਹਨੂੰ ਚਲਾਉਣਾ ਵੀ ਆਉਂਦਾ ਸਾਨੂੰ। ਪਰ ਤੁਸੀਂ ਜਿਹੜੀ ਗੱਲਾਂ ਕੀਤੀ, ਪੱਪੀ ਸਾਹਿਬ ਨੇ ਜਿਹੜੀਆਂ ਗੱਲਾਂ ਦੱਸੀਆਂ, ਕਹਿ ਰਹੇ ਕਿ ਅਸੀਂ ਲੋਕਲ ਕੰਮ ਕੀਤੇ, ਪਾਰਕ ਬਣਾਏ ਆ, ਕੂੜੇ ਦੀ ਕਾਫੀ ਸਮੱਸਿਆ ਸੀਗੀ, ਹਾਂ ਅਸੀਂ ਡੰਪ ਚੁਕਵਾਏ ਸੀ, ਮਤਲਬ ਕਾਂਗਰਸ ਨੇ ਕੋਈ ਕੰਮ ਨਹੀਂ ਕੀਤਾ ਪਹਿਲਾਂ? ਸਰ ਜੇ ਕੀਤਾ ਹੁੰਦਾ ਤਾਂ 150 ਕਰੋੜ ਦੇ ਗੁਰਪ੍ਰੀਤ ਗੋਗੀ ਨੇ ਔਨ ਰਿਕਾਰਡ ਦਿਖਾ ਰਿਹਾ, ਜੇ ਪਹਿਲੇ ਵਾਲੇ ਕੀਤਾ ਹੁੰਦਾ ਤਾਂ ਮੈਂ 150 ਕਰੋੜ ਦੇ ਕੰਮ ਕਿਉਂ ਕਰਾਂਦਾ 2 ਸਾਲ 'ਚ? ਨਾ ਸਕੂਲ ਤਿਆਰ ਕੀਤੇ ਸਰਕਾਰੀ, ਨਾ ਡਿਸਪੈਂਸਰੀਆਂ ਤਿਆਰ ਕੀਤੀਆਂ, ਮੈਂ ਮੁਹੱਲਾ ਕਲੀਨਿਕ 7 ਬਣਾਏ ਨੇ, ਪੱਪੀ ਭਾਈ ਦੇ 7-8 ਬਣ ਗਏ ਨੇ, ਠੀਕ ਹੈ? ਫਿਰ ਕੀ ਕਹਿੰਦੇ ਜਿੰਨੀਆਂ ਕੀ ਕਹਿੰਦੇ ਦੂਜੇ ਆਪਣੇ ਸੀਗੇ ਸੀਨੀਅਰ ਸਿਟੀਜ਼ਨ, ਉਹ ਬਣਵਾ ਕੇ ਦਿੱਤੇ, ਉਹ ਚੀਜ਼ ਹੈ ਸਾਰਾ ਕੋਈ ਰਿਕਾਰਡ।
ਸੀਨੀਅਰ ਸਿਟੀਜ਼ਨ ਕਮਿਊਨਿਟੀ ਸੈਂਟਰ ਸਾਰੇ ਨਵੇਂ ਬਣਾਏ ਨੇ। ਪਰ ਕਦੋਂ ਤੱਕ ਇਹ ਗਲੀਆਂ ਕੂੜੇ ਦੀ ਗੱਲ ਹੁੰਦੀ ਰਹੂ? ਕਦੇ ਦੇਖੋ ਆਧੁਨਿਕ ਦੌਰ ਦੇ ਵਿੱਚ ਕਦੋਂ ਪੂਰੀ ਟੈਕਨੋਲੋਜੀ ਦੀ ਗੱਲ ਹੁੰਦੀ ਹੈ? ਸਿਆਸਤ ਇੱਥੇ ਤੱਕ ਹੀ ਰਹਿ ਗਈ। ਮੇਰੀ ਗੱਲ ਸੁਣੋ, ਸਿਆਸਤ ਅੱਜ ਦੀ ਡੇਟ 'ਚ ਜਿੱਥੇ ਚਾਹੀਦੀ ਆ, ਜੋ ਪੰਜਾਬ ਨੂੰ ਚਾਹੀਦਾ, ਸਭ ਤੋਂ ਪਹਿਲਾਂ ਬੇਰੁਜ਼ਗਾਰੀ ਦਾ ਮੁੱਦਾ, ਮਹਿੰਗਾਈ ਦਾ ਮੁੱਦਾ, ਟ੍ਰੈਫਿਕ ਦਾ ਮੁੱਦਾ, ਠੀਕ ਆ, ਪੋਲਿਊਸ਼ਨ ਦਾ ਮੁੱਦਾ, ਇਨਵਾਇਰਮੈਂਟ ਦਾ ਮੁੱਦਾ, ਲੰਗਸ ਬੈਂਕ ਬਣਾਉਣੇ ਸਾਡੇ ਲਈ ਜ਼ਰੂਰੀ ਆ, ਜੋ ਵਿਜ਼ਨ ਆ ਇੰਡਸਟਰੀ ਨੂੰ ਕਿੱਦਾਂ ਅਸੀਂ ਬੂਸਟ ਕਰਕੇ ਉੱਪਰ ਲੈ ਕੇ ਜਾਣਾ, ਉਹਨਾਂ ਦੇ ਜਿਹੜੇ ਉਹਨਾਂ ਦੇ ਉੱਤੇ ਤੁਗਲਕੀ ਫਰਮਾਨ ਲਾ ਕੇ ਅਫਸਰਾਂ ਨੇ ਗਲਤ ਪਾਲਿਸੀਆਂ ਬਣਾਈਆਂ ਨੇ, ਉਹਨਾਂ ਨੂੰ ਸਹੀ ਤਰੀਕੇ ਨਾਲ ਕਰਕੇ ਉਹਨਾਂ ਨੂੰ ਅਸੀਂ ਰਾਹਤ ਕਿੱਦਾਂ ਦੇਣੀ ਆ, ਠੀਕ ਹੈ, ਸਾਡਾ ਵਿਜ਼ਨ ਉਹ ਆ। ਕਲੋਨੀਆਂ ਦੇ ਵਿੱਚ ਜਿਹੜੇ ਬੱਚੇ 50-50 ਗਜ ਦੇ ਬੰਦੇ ਗਰੀਬ ਪਲੋਟ ਲੈ ਕੇ ਬੈਠੇ ਨੇ, ਉਹਨਾਂ ਦੇ ਮੀਟਰ ਨਹੀਂ ਲੱਗਦੇ, ਉਹ ਲਗਵਾ ਕੇ ਦੇਣੇ ਸਾਡਾ ਇਸ ਟਾਈਮ ਮੇਨ ਆਈਡੀਆ। NOCs ਲੈ, NOC ਵਾਲਾ ਕੰਮ ਅਸੀਂ ਖਤਮ ਕਰਨਾ ਚਾਹੁੰਦੇ ਹਾਂ। ਵਿੱਚ ਵਾਹ ਸਾਹਮਣੇ ਕਰਤਾ ਦਿੱਤਾ ਸੀ ਡਿਕਲੇਅਰ, ਪਰ ਵਿੱਚ ਇਲੈਕਸ਼ਨ ਕਮਿਸ਼ਨ ਦਾ ਕੋਡ ਲੱਗ ਗਿਆ, ਇਸ ਕਰਕੇ ਉਹ ਨੋਟੀਫਿਕੇਸ਼ਨ ਜਾਰੀ ਨਹੀਂ ਹੋਈ, ਉਹ ਆਫਟਰ ਇਲੈਕਸ਼ਨ ਸੀ, ਉਹ ਵੀ ਕਰ ਦਿੱਤਾ। ਇੱਕ ਸਵਾਲ ਹੋਰ ਕਰਨਾ ਚਾਹੂੰਗਾ ਤੁਹਾਡੇ ਤੋਂ, ਤੁਸੀਂ ਤਮਾਮ ਮੁੱਦਿਆਂ ਦੀ ਗੱਲ ਕਰਦੇ ਹੋ, ਪਰ ਲੁਧਿਆਣੇ ਨੂੰ ਲੈ ਕੇ ਇੱਕ ਚੀਜ਼ ਕਾਫੀ ਕਹੀ ਜਾਂਦੀ ਹੈ। ਕਹਿੰਦੇ ਕਿ ਜਿੰਨੀ ਆਬਾਦੀ ਹੈ ਲੁਧਿਆਣੇ ਦੀ, ਕਹਿੰਦੇ ਕਿ ਆਦੀ ਆਬਾਦੀ ਤਾਂ ਕਹਿੰਦੇ ਪ੍ਰਵਾਸੀਆਂ ਦੀ ਹੈਗੀ ਹੈ, ਪ੍ਰਵਾਸੀ ਅੱਗੇ ਕੰਮ ਕਰੀ ਜਾਂਦੇ, ਇੱਥੇ ਦਾ ਯੂਥ ਬਾਹਰ ਜਾ ਰਿਹਾ, ਬਾਜ਼ਾਰਾਂ 'ਚ ਦੇਖ ਲਓ ਤੁਸੀਂ, ਕਈ ਕਿੱਥੇ ਮਰਜ਼ੀ ਦੇਖ ਲਓ, ਤੁਹਾਨੂੰ 2 ਪੰਜਾਬੀ ਦਿਖਣਗੇ, 8 ਪ੍ਰਵਾਸੀ। ਉਹਦੇ ਲਈ ਮੈਂ ਤੁਹਾਨੂੰ ਦੱਸਾਂ, ਪਹਿਲੀ ਗੱਲ ਆਪਾਂ ਉਹਨਾਂ ਨੂੰ ਪ੍ਰਵਾਸੀ ਨਾ ਗਏ, ਦੇ ਆਰ ਨੋਟ ਨੋਨ ਇੰਡੀਅਨ, ਉਹ ਇੰਡੀਅਨ ਨੇ, ਆਪਾਂ ਵੀ ਦੇਸ਼ ਵਾਸੀ, ਉਹ ਵੀ ਦੇਸ਼ ਵਾਸੀ ਨੇ, ਰੁਜ਼ਗਾਰ ਲੈਣ ਲਈ ਹੁਣ ਤਾਂ ਸਾਡੇ ਬਾਹਰ ਬੱਚੇ ਚਲੇ ਗਏ, ਉਹ ਵੀ ਪ੍ਰਵਾਸੀ ਨੇ, ਮਤਲਬ ਉਹ ਵੀ ਸਾਡੇ ਨੇ ਪ੍ਰਵਾਸੀ ਵੀ, ਜੇ ਪ੍ਰਵਾਸੀ ਨਾ ਹੋਣ ਇੱਥੇ ਸਾਡੇ ਖੇਤਾਂ 'ਚ ਤਾਂ ਅਨਾਜ ਨਾ ਬੀਜਿਆ ਜਾਵੇ, ਝੋਨੇ ਨਾ ਲੱਗ ਸਕਦੇ, ਸਾਰਾ ਕੰਮ ਕਰਦੇ, ਠੀਕ ਹੈ ਨਾ, ਅਤੇ ਉਹਨਾਂ ਨੂੰ ਰੁਜ਼ਗਾਰ ਦੇਣਾ ਵੀ ਸਾਡੀ ਜ਼ਿੰਮੇਵਾਰੀ ਆ ਸਰਕਾਰਾਂ ਦੀ, ਜੇ ਉਹ ਸਾਡੀ ਸਟੇਟ 'ਚ ਆਉਂਦੇ ਆ ਵੈਲਕਮ, ਪਰ ਉਹਦੇ ਨਾਲ ਨਾਲ ਜਿਹੜਾ ਸਾਡਾ ਯੂਥ ਬਾਹਰ ਜਾ ਰਿਹਾ ਉਹਨੂੰ ਕਿਸ ਤਰੀਕੇ ਨਾਲ ਰੋਕਣਾ, ਉਹਦੇ ਵੀ ਢੰਗ ਨੇ। ਸਕਿੱਲ ਸੈਂਟਰ ਬਣਨੇ ਚਾਹੀਦੇ ਆ ਉਹਨਾਂ ਨੂੰ, ਸਵੈ ਰੋਜ਼ਗਾਰ, ਮੱਛੀ ਪਾਲਣ, ਤੁਸੀਂ 1 ਕਿੱਲੇ 'ਚ ਮੱਛੀ ਲਾ ਲਓ ਯਾਰ, ਪਾ ਲਓ ਪ੍ਰੋਨਸ ਪਾ ਲਓ, ਠੀਕ ਆ, ਤੁਸੀਂ 5 ਲੱਖ ਰੁਪਇਆ 6 ਲੱਖ ਰੁਪਇਆ ਸਾਲ ਦਾ, 50,000 ਰੁਪਏ ਮਹੀਨਾ ਕਮਾਉਂਦੇ ਹੋ, ਕਰਨਾ ਕੁਛ ਨਹੀਂ, ਲਿਆ ਕੇ ਬੀਜ ਸੁੱਟਣੇ, ਅਸੀਂ ਸਕਿੱਲ ਸੈਂਟਰ ਖੋਲ੍ਹਣੇ ਚਾਹੁੰਦੇ ਹਾਂ ਯੂਥ ਨੂੰ ਇੱਥੇ ਰੋਕਣ ਲਈ, ਅਸੀਂ ਉਹਨਾਂ ਵਾਸਤੇ ਛੋਟੀਆਂ ਇੰਡਸਟਰੀਆਂ ਲਿਆਉਣੀਆਂ ਚਾਹੁੰਦੇ ਹਾਂ, ਅਸੀਂ ਉਹਨਾਂ ਨੂੰ ਰੋਡ ਮੈਪ ਹੈਗਾ ਤੁਹਾਡੇ ਕੋਲ, ਕਿੰਨਾ ਖਰਚਾ ਹੋਊ, ਸਾਰਾ ਕੁਛ ਹੈਗਾ, ਅਸੀਂ ਇੰਪਲੀਮੈਂਟ ਕਰਾ ਰਹੇ ਹਾਂ ਉਹ। ਅਗਰ ਪੱਪੀ ਲੋਕ ਸਭਾ ਦੇ ਵਿੱਚ ਜਾਂਦੇ ਜਾਣਗੇ, ਔਰ ਅਸੀਂ ਇੱਥੇ ਮੈਕਸੀਮਮ ਯੂਥ ਨੂੰ ਇੰਡਸਟਰੀ ਲਾ ਕੇ ਜਿਹੜੀਆਂ ਨਵੇਂ ਫੋਕਲ ਪੁਆਇੰਟ ਬਣਾਵਾਂਗੇ, 500-500 ਗਜ ਦੇ ਪਲਾਟ ਸਬਸਿਡੀ 'ਤੇ ਦੇਵਾਂਗੇ, ਜੋ ਸਾਡਾ ਵਿਜ਼ਨ ਆ, ਇਹ ਵਿਜ਼ਨ ਇਹਨਾਂ ਦਾ ਨਹੀਂ ਹੋਏਗਾ। ਲੋ ਪਰ ਕਹਿ ਰਹੇ ਕਾਂਗਰਸ ਦੇ ਰਾਜ ਦੇ ਵਿੱਚ ਲੁਧਿਆਣੇ ਦੇ ਵਿੱਚ ਕਹਿ ਰਹੇ ਕਿ ਪ੍ਰੋਪਰਟੀਜ਼ ਦੇ ਰੇਟਸ ਜਿਹੜੇ ਨੇ ਔਰ ਕਾਫੀ ਚੀਜ਼ਾਂ ਜਿਹੜੀਆਂ ਨੇ ਵੱਧ ਗਈਆਂ ਔਰ ਕਾਫੀ ਚੀਜ਼ਾਂ ਦੇ ਕਬਜ਼ਾ ਵੀ ਸੀਗਾ ਉਸ ਸਮੇਂ। ਦੇਖੋ ਇੱਥੇ ਲੈਂਡ ਮਾਫੀਆ ਸੀ, ਕੁਛ ਹੱਦ ਤੱਕ ਅਸੀਂ ਖਤਮ ਵੀ ਕੀਤਾ, ਠੀਕ ਹੈ ਨਾ, ਜਿਹੜੀਆਂ ਇਲੀਗਲ ਕਲੋਨੀਆਂ ਨੇ ਉਹਨਾਂ ਦੇ ਨੱਤ ਪਾਈ, ਉਹਨਾਂ ਦੇ ਹੁਣ ਪਰਚੇ ਵੀ ਹੋ ਰਹੇ ਨੇ, ਕੋਈ ਕਹਿ 'ਚ ਗੁਰੇਜ਼ ਨਹੀਂ ਕਰਾਂਗੇ, ਕਿਉਂਕਿ ਉਹ ਲੋਕਾਂ ਨੇ ਸਿਰਫ ਆਪਣੇ ਫਾਇਦੇ ਪਿੱਛੇ ਸਾਡੇ ਗਰੀਬ ਲੋਕਾਂ ਨੂੰ 50-50 ਗਜ ਦੇ ਪਲਾਟ ਵੇਚ ਕੇ ਮਤਲਬ ਲੁੱਟਿਆ, ਨਾ ਤਾਂ ਉਹਨਾਂ ਦੇ ਮੀਟਰ ਲਵਾ ਕੇ ਦਿੱਤੇ, ਨਾ NOCs ਲੈ ਕੇ ਦਿੱਤੀਆਂ, ਕੁਛ ਨਹੀਂ ਕੀਤਾ, ਆਪ ਰੂਪੋਸ਼ ਹੋ ਗਏ। ਅਸੀਂ ਹੁਣ ਉਹਨਾਂ ਦੇ ਡੰਡਾ ਚੱਕਿਆ, ਪਹਿਲਾਂ ਤਾਂ ਅਸੀਂ ਉਹ ਇਕੱਠੇ ਕਰਨੇ ਆ, ਤਾਂ ਕਿ ਜਿਹੜੇ ਗਰੀਬਾਂ ਦੇ NOC ਆ ਜਾਂ ਉਹਨਾਂ ਦੇ ਉਹ ਬਿਜਲੀ ਦੇ ਬਿੱਲ, ਵੱਡੇ ਮਗਰਮੱਛ ਆਣਗੇ, ਬਿਲਕੁਲ ਵੱਡੇ ਮਗਰਮੱਛ ਹੀ, ਅਸੀਂ ਵੱਡਿਆਂ ਨੂੰ ਛੋਟਿਆ ਕੀ ਆ, ਛੋਟੇ ਤਾਂ ਪਹਿਲੇ ਵੱਡੇ ਮਗਰਮੱਛ ਖਾਈ ਬੈਠੇ ਨੇ, ਕਹਿੰਦੇ ਵੱਡੀ ਮੱਛਲੀ ਛੋਟੀ ਨੂੰ ਖਾ ਜਾਂਦੀ ਆ, ਉਹ ਤਾਂ ਪਹਿਲੇ ਛੋਟੀਆਂ ਨੂੰ ਖਾਈ ਬੈਠੇ ਨੇ, ਤਾਂ ਵੱਡਿਆਂ ਨੂੰ ਹੁਣ ਘੇਰਾ ਪਾਉਣਾ ਘੜਿਆਲਾਂ ਨੂੰ। ਭਾਰਤ ਭੂਸ਼ਣ ਆਸ਼ੂ ਬਾਰੇ ਕੀ ਕਹਿਣਾ ਚਾਹੋਗੇ, ਕਿਉਂਕਿ ਤੁਸੀਂ ਉੱਥੋਂ ਹੀ ਜਿੱਤੇ ਹੋ ਔਰ ਕਾਫੀ ਸਮੇਂ ਪਹਿਲੇ ਕਾਂਗਰਸੀ ਵੀ ਸੀਗੇ, ਨੇੜਤਾ ਵੀ ਹੋਊ, ਕੀ ਕਹਿਣਾ ਚਾਹੁੰਦੇ ਹੋ? ਉਹਨਾਂ ਨਾਰਾਜ਼ ਵੀ ਨੇ, ਕਹਿ ਰਹੇ ਕਿ ਉਹਨਾਂ ਨੂੰ, ਉਹ ਸੋਚ ਰਹੇ ਸੀ ਕਿ ਉਹਨਾਂ ਨੂੰ ਟਿਕਟ ਮਿਲੂਗਾ, ਉਹਨਾਂ ਦੇ ਵਾਈਫ ਦਾ ਬਿਆਨ ਵੀ ਸਾਹਮਣੇ ਆਇਆ। ਦੇਖੋ ਗੱਲ ਇਹ ਆ, ਅਸੀਂ ਇਕੱਠੇ ਸੀ, ਸਾਡੇ ਵਿਚਾਰ ਨਹੀਂ ਮਿਲੇ, ਵਿਚਾਰਾਂ ਦੀ ਲੜਾਈ ਸੀ, ਅਲੱਗ ਹੋ ਗਏ, ਫੈਮਲੀਆਂ 'ਚ ਅਲੱਗ ਹੁੰਦੇ ਆ ਨਾ, ਪਰ ਮੈਂ ਆਪਣੀ ਲਕੀਰ ਵੱਡੀ ਖਿੱਚ ਰਿਹਾ, ਮੈਂ ਕਿਸੇ ਨੂੰ ਨਹੀਂ ਭੰਡਦਾ, ਜੋ ਉਹਨੇ ਕੀਤਾ ਲੋਕਾਂ ਨੇ ਉਹਨੂੰ ਉਹਦਾ ਫਤਵਾ ਦੇ ਤਾ, ਜੋ ਮੈਂ ਕਰੂੰਗਾ ਲੋਕ ਮੈਨੂੰ ਦੇ ਦੇਣਗੇ,
ਠੀਕ ਹੈ ਨਾ। ਇਸ ਕਰਕੇ ਆਪਾਂ ਕਿਸੇ ਨੂੰ ਕਹਿਣ ਨਾਲੋਂ ਆਪਣੀ ਗੱਲ ਕਰੀਏ, ਆਪਣੇ ਪੰਜਾਬ ਦੀ ਗੱਲ ਕਰੀਏ, ਆਪਣੇ ਹਲਕੇ ਦੀ ਗੱਲ ਕਰੀਏ, ਲੁਧਿਆਣੇ ਦੀ, ਕਿਉਂਕਿ ਅਸੀਂ ਲੁਧਿਆਣੇ ਵਾਲੇ ਸਾਡੇ 'ਤੇ ਆਸਾਂ ਲਈ ਬੈਠੇ ਨੇ। ਉਹਨਾਂ ਨੂੰ ਲੱਗ ਰਿਹਾ ਵੀ ਇਹ ਬੰਦਿਆਂ ਦਾ ਕੋਈ ਵਿਜ਼ਨ ਆ, ਦੋਨੋਂ ਸਾਰੇ ਭਰਾਵਾਂ ਦਾ, ਅੱਠਾਂ ਨੌਵਾਂ ਦਾ, ਅਸੀਂ ਲੁਧਿਆਣੇ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹਲਕੇ 9 ਵਿਧਾਨ ਸਭਾ ਨੂੰ। ਉਹ ਤਾਂ ਹੀ ਜਾਏਗਾ ਜੇ ਸਾਡਾ ਸੰਸਦ ਬਣ ਕੇ, ਮੇਰਾ ਵੀਰ ਅਸ਼ੋਕ ਪਰਾਸ਼ਰ ਪੱਪੀ, ਅਸੀਂ ਇਹਨੂੰ ਸੰਸਦ 'ਚ ਦਿਲੋਂ ਨੀਤ ਨਾਲ ਭੇਜਾਂਗੇ। ਔਰ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਹਾਂ, ਪਰਮਾਤਮਾ ਮਿਹਰ ਕਰੇ ਸਾਡੀਆਂ ਅੱਜ ਤੱਕ ਕਦੇ ਵੀ ਜਿਹੜੀਆਂ ਸਾਨੂੰ ਸਾਡੇ ਲੋਕਾਂ 'ਤੇ ਪੂਰਨ ਵਿਸ਼ਵਾਸ ਹੈ ਰੱਬ ਰੂਪੀ ਸੰਗਤ 'ਤੇ ਵੀ ਸਾਡਾ ਜਿਵੇਂ ਪਹਿਲਾਂ ਮਾਣ ਰੱਖਿਆ ਉਨਾ ਹੀ ਮਾਣ ਹੁਣ ਰੱਖਣਗੇ, ਕਿਉਂਕਿ ਅਸੀਂ ਹਮੇਸ਼ਾ ਵਿਸ਼ਵਾਸ ਦੇ ਨਾਲ ਹੀ ਹੁਣ ਤੱਕ 25 ਸਾਲਾਂ ਤੋਂ 5 ਵਾਰ ਜਿੱਤਦੇ ਆ ਰਹੇ ਹਾਂ। ਪਰ ਲੱਗਦਾ ਨਹੀਂ ਕਿ ਲੋਕ ਪੁੱਛਣਗੇ ਕਿ ਤੁਸੀਂ 5 ਤੋਂ ਵੋਟ ਲਈ, ਕੰਮ ਕੀ ਕਰਾਇਆ, ਉਸ ਤੋਂ ਬਾਅਦ ਤੁਸੀਂ ਪਾਰਟੀ ਚੇਂਜ ਕਰ ਲਈ, ਹੁਣ ਜਿਹੜੇ 5 ਤੋਂ ਆਏ ਨੇ ਉਹ ਵੀ ਪਹਿਲਾਂ ਰਿਪੋਰਟ ਕੱਢ ਦੇਣਗੇ ਉਹਨਾਂ ਦੇ ਸਾਂਸਦ ਨੇ ਕਿੰਨਾ ਕੰਮ ਕਰਾਇਆ। ਗੱਲ ਇਹ ਆ, ਪਾਰਟੀ ਛੱਡਣ ਦੇ 2 ਕਾਰਨ ਹੁੰਦੇ ਆ। ਇੱਕ ਤਾਂ ਜਿਵੇਂ ਮੈਂ ਪਾਰਟੀ ਛੱਡੀ ਸੀ ਕਿ ਭਾਈ ਮੈਂ ਅੱਗੇ ਕੰਮ ਕਰਨਾ ਚਾਹੁੰਦਾ ਸੀ, ਮੇਰਾ ਵਿਜ਼ਨ ਸੀਗਾ, ਇਹ ਮੈਨੂੰ ਅੱਗੇ ਨਹੀਂ ਸੀ ਵਧਣ ਦੇਣਾ ਚਾਹੁੰਦੇ। ਕੌਣ ਛੋਟੇ ਲੈਵਲ ਤੇ ਨਹੀਂ ਵਧਣ ਦੇ ਰਹੇ ਜਿਹੜੇ ਆਹੀ ਤੁਹਾਡੇ ਪੁਰਾਣੇ ਇੱਧਰੋਂ ਗਏ ਨੇ ਹਿੱਲ ਹੁੱਲ ਕੇ ਸਾਰੇ ਬਿੱਟੂ ਬਿੱਟੂ ਹੋਰੀ ਜਿਹੜੇ ਵੀ ਨੇ, ਠੀਕ ਹੈ ਨਾ, ਇਨਸਕਿਉਰਿਟੀ ਫੀਲ ਕਰਦੇ ਸਾਡੇ ਤੋਂ, ਕਿਉਂਕਿ ਸਾਡੀ ਨੌਲੇਜ ਜਾਂ ਸਾਡਾ ਵਿਜ਼ਨ ਕੁਛ ਹੋਰ ਆ, ਇਹਨਾਂ ਦਾ ਵਿਜ਼ਨ ਕੁਛ ਹੋਰ ਸੀ। ਸਾਡਾ ਵਿਜ਼ਨ ਸੇਵਾ ਵੱਲ ਸੀ, ਇਹਨਾਂ ਦਾ ਸੀ ਮੇਵਾ ਵੱਲ, ਠੀਕ ਆ। ਅਸੀਂ ਸੇਵਾ ਕਰਨੀ ਚਾਹੁੰਦੇ, ਮੇਵਾ ਖਾਣਾ ਚਾਹੁੰਦੇ ਸੀ, ਅਸੀਂ ਉਹ ਕੈਟਾਗਰੀ ਦੇ ਲੋਕ ਨਹੀਂ ਹੈਗੇ। 2 ਸਾਲ 'ਚ ਅੱਜ ਤੱਕ ਕੋਈ ਬੰਦਾ ਉੱਠ ਕੇ ਕਹਿ ਦੇਵੇ ਵੀ ਸਾਡੇ ਸਾਰਿਆਂ 'ਚੋਂ ਕੋਈ 1 ਰੁਪਈਏ ਦਾ ਵੀ ਅਸੀਂ ਕਿਸੇ ਤੋਂ ਗਏ, ਦਿਨ ਰਾਤ ਅਸੀਂ ਪਬਲਿਕ ਦੀ ਸੇਵਾ। ਤੁਸੀਂ ਰਵਨੀਤ ਸਿੰਘ ਬਿੱਟੂ ਦੇ ਨਾਲ ਰਹੇ ਹੋ ਔਰ ਉਹਨਾਂ ਬਾਰੇ ਕਾਫੀ ਚਰਚਾਵਾਂ ਚੱਲ ਰਹੀਆਂ ਨੇ, ਉਹਨਾਂ ਨੂੰ ਕਿਹਾ ਜਾਂਦਾ ਕਿ ਐਂਟੀ ਸਿੱਖ ਫੇਸ ਨੇ ਰਵਨੀਤ ਸਿੰਘ ਬਿੱਟੂ। ਦੇਖੋ ਅਸਲ ਦੇ ਵਿੱਚ ਇਦਾਂ ਦਾ ਹੈਗਾ ਨਹੀਂ, ਦੇਖੋ ਮੇਰੀ ਗੱਲ ਸੁਣੋ, ਉਹ ਬੰਦਾ ਗਿਆ ਖੁਦਗਰਜ਼ੀ ਨਾਲ, ਆਪਣੇ ਆਪਣੀ ਖੁਦਗਰਜ਼ੀ ਵਾਸਤੇ ਗਿਆ, ਜਦਕਿ ਕਾਂਗਰਸ ਨੇ ਤਾਂ ਹੁਣ ਵੀ ਟਿਕਟ ਦੇ ਦਿੱਤੀ ਸੀ। ਕਿਉਂ ਛੱਡ ਕੇ ਗਿਆ ਜਨਾਬ? ਭਰੀ ਭਰਾਈ ਪਿਆਲੀ ਚਾਹ ਦੀ, ਠੀਕ ਹੈ, ਕਹਿ ਰਹੇ ਕਿ ਉਹਨਾਂ ਨੇ ਪਲਾਨ ਆ ਸੈਂਟਰ ਦੇ ਵਿੱਚ ਜਾਣ ਦਾ। ਗੱਲ ਤਾਂ ਇਹ ਆ ਕੀ ਗੱਲ, MP ਕਾਂਗਰਸ ਦਾ ਬਣ ਕੇ ਅਤੇ ਆਪਣੇ ਹੱਕਾਂ ਦੀ ਜਾ ਨਹੀਂ ਸਕਦਾ? ਇੱਕ ਮਿੰਟ, ਜਦੋਂ ਤੁਸੀਂ ਸੰਸਦ 'ਚ ਬੋਲਦੇ ਹੋ ਹੁਣ ਸਾਡਾ MP ਜਾਊਗਾ, ਇਹ BJP ਵੱਲੋਂ ਤਾਂ ਨਹੀਂ ਜਾ ਰਿਹਾ ਨਾ, ਆਮ ਆਦਮੀ ਪਾਰਟੀ ਵੱਲੋਂ ਜਾ ਰਿਹਾ ਨਾ, ਪੱਪੀ 'ਚ ਜਾ ਰਿਹਾ ਨਾ, ਜੇ ਪਰਮਾਤਮਾ ਚਾਹੇਗਾ ਜਾਏਗਾ ਸਾਡੀ। ਪਰ ਉਹੀ ਲੀਡਰਾਂ ਨੂੰ ਕਹਿਣਾ ਕਿਸਾਨੀ ਅੰਦੋਲਨ ਦੇ ਟਾਈਮ ਕਿ ਮੈਂ ਇਹਨਾਂ ਦਾ ਜੁੱਤੀ ਵੀ ਨਹੀਂ ਮਾਰਦਾ, ਉਹੀ ਲੋਕਾਂ ਨੂੰ ਅੱਜ ਦੱਸੋ, ਉਹ ਲੋਕ ਇਹਦਾ ਤੁਰਨਗੇ, ਰਗੜ ਕੇ ਰੱਖ ਦੇਣਗੇ। ਪਰ ਕਾਂਗਰਸ ਦਾ ਨਹੀਂ ਲੱਗਦਾ, ਪ੍ਰਤਾਪ ਸਿੰਘ ਬਾਜਵਾ ਵੀ ਇੱਧਰ ਆ ਰਹੇ ਨੇ ਔਰ ਰਾਜਾ ਵੜਿੰਗ ਔਰ ਤਮਾਮ ਟੀਮ ਰਾਜਾ ਵੜਿੰਗ ਦੀ ਔਰ ਪੰਜਾਬ ਕਾਂਗਰਸ ਦੀ। ਦੇਖੋ ਜੀ, ਸਾਡੇ ਵੱਲੋਂ ਸਤਿਕਾਰ ਜੋ ਉੱਪਰ ਤੋਂ ਲੈ ਕੇ ਥੱਲੇ ਤੱਕ ਕਾਂਗਰਸ ਦੇ ਲੀਡਰ ਸਾਹਿਬਾਨ ਆ ਜਾਣ, ਸਾਨੂੰ ਕੋਈ ਟੈਨਸ਼ਨ ਨਹੀਂ। ਅਸੀਂ ਆਪਣੇ ਕੰਮਾਂ ਨਾਲ, ਆਪਣੇ ਵਿਜ਼ਨ ਨਾਲ, ਆਪਣੀ ਸੋਚ ਨਾਲ, ਲੋਕਾਂ ਦੇ ਵਿਸ਼ਵਾਸ ਨਾਲ ਅਸੀਂ ਜਿੱਤਣਾ ਹੈ। ਪੱਪੀ ਜੀ ਦੀ 3 ਚੀਜ਼ਾਂ ਕਿਹੜੀਆਂ ਵਧੀਆ ਲੱਗਦੀਆਂ ਨੇ ਔਰ ਉਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੂੰ ਜਿਤਾ ਸਕਦੀਆਂ? ਸਭ ਤੋਂ ਵੱਡੀ ਗੱਲ, ਸਾਫ਼ ਦਿਲ, ਦਰਿਆ ਦਿਲ ਇਨਸਾਨ, ਜੋ ਅੰਦਰੋਂ ਆ ਉਹੀ ਬਾਹਰੋਂ ਆ, ਡਬਲ ਚਿਹਰਾ ਨਹੀਂ ਹੈ ਇਹਨਾਂ ਦਾ। ਜੋ ਗੱਲ ਕਹਿਣੀ ਮੂੰਹ 'ਤੇ ਕਹਿਣੀ ਆ, ਦੂਜੇ ਲੀਡਰਾਂ ਵਾਂਗੂ ਕੈਂਚੀ ਨਹੀਂ ਲਾਉਣੀ। ਵੀ ਬਚਪਨ ਦੀਆਂ ਚੀਜ਼ਾਂ ਯਾਦ ਨੇ, ਇੱਕ ਦੋ ਚੀਜ਼ਾਂ ਜਦੋਂ ਸਾਥ ਦਿੱਤਾ ਹੋਵੇ। ਦੇਖੋ ਅਸੀਂ ਕਬੂਤਰ ਇਕੱਠੇ ਰੱਖੇ ਹੋਏ ਸੀ, ਕਬੂਤਰ ਬਾਜੀ ਵੀ ਕਰਦੇ ਆ, ਮੁਰਗੇ ਵੀ ਰੱਖੇ ਹੋਏ ਆ, ਠੀਕ ਆ। ਕਹਿਣ ਦਾ ਮਤਲਬ ਸਾਨੂੰ ਇੱਦਾਂ ਦੇ ਨੈਚੁਰਲ ਸ਼ੌਕ ਨੇ, ਠੀਕ ਆ, ਨੇਚਰ ਦੀ ਜਿਹੜੀਆਂ ਚੀਜ਼ਾਂ ਬਣੀਆਂ ਹੋਈਆਂ ਸਾਨੂੰ ਆਰਟੀਫਿਸ਼ਲ ਨਾਲ ਉਹਨਾਂ ਨੇਚਰ ਦੇ ਨਾਲ ਜ਼ਿਆਦਾ ਪਿਆਰ ਆ। ਅਤੇ ਅਸੀਂ ਪੁਰਾਣੇ ਹੈਗੇ ਆ, 50-50 ਸਾਲ ਦੇ ਹੋ ਗਏ, ਪੱਪੀ 5-7 ਸਾਲ ਵੱਡੇ ਆ ਮੈਂ ਤੁਹਾਡੇ, 10 ਸਾਲ। ਅਤੇ ਇਸ ਕਰਕੇ ਤੁਹਾਡੇ ਨਾਲ ਐਸਾ ਵੱਡੇ ਭਰਾ ਦੇ ਨਾਲ ਰਾਹੀ, ਮੇਰਾ ਵੱਡਾ ਭਰਾ, ਮੇਰਾ ਪਿਤਾ ਸਮਾਨ ਵੱਡਾ ਭਰਾ ਜੀ। ਕਦੋਂ ਕੋਈ ਗੱਲ ਹੋ ਜਾਂਦੀ ਆ ਅਸੀਂ ਲੜ ਵੀ ਪੈਂਦੇ ਹਾਂ ਜੀ, ਅਜੇ ਘੰਟਾ ਪਹਿਲੇ ਲੜ ਕੇ ਹਟਿਆ, ਚੰਗੀ ਤਰ੍ਹਾਂ ਲੜਿਆ ਟਕਾ ਕੇ ਫੋਨ 'ਤੇ, ਕੋਈ ਸੀ ਕਿਸੇ ਦਾ, ਲੜਦਾ ਹੀ ਬੰਦਾ ਉੱਥੇ ਨਾ ਜਿੱਥੇ ਹੋਵੇ। ਨਾਲ ਹੀ ਗਾਣੇ ਵੀ ਗੱਡੀ 'ਚ ਲਾਉਂਦੇ ਹੋ, ਕਹਿ ਰਹੇ ਮੁਹੰਮਦ ਰਫੀ ਦੀ ਗੱਲ ਕੀਤੀ ਇਹਨਾਂ ਨੇ। ਦੇਖੋ ਗੱਲ ਸੁਣੋ, ਜਿਹੜੇ ਕਲਾਕਾਰ ਨੇ ਨਾ, ਇਹ ਸਾਡੀ ਰੂਹ ਦੀ ਖੁਰਾਕ ਨੇ। ਭਾਵੇਂ
ਤੁਸੀਂ ਕਵਰ ਗਰੇਵਾਲ ਲਾ ਲਓ, ਭਾਵੇਂ ਬਿੰਦ ਰੱਖੀਆ ਲਾ ਲਓ, ਭਾਵੇਂ ਸਰਤਾਜ ਲਗਾ ਲਓ, ਭਾਵੇਂ ਰਫੀ ਸਾਹਿਬ ਲਾ ਲਓ, ਭਾਵੇਂ ਮੁਕੇਸ਼ ਜੀ ਲਾ ਲਓ, ਹੈ ਨਾ, ਕਿਸ਼ੋਰ ਜੀ ਲਾ ਲਓ, ਲਤਾ ਜੀ ਲਾ ਲਓ, ਇਹ ਸਾਡੇ ਰੂਹ ਦੀ ਖੁਰਾਕ ਨੇ। ਜਦੋਂ ਬੰਦਾ ਰਿਲੈਕਸ ਹੋਣਾ ਹੋਵੇ ਨਾ, ਮੈਡੀਟੇਸ਼ਨ ਕਰਨੀ ਹੋਵੇ, ਤਾਂ ਅਸੀਂ ਇਹ ਗਾਣੇ ਸੁਣ ਕੇ ਆਪਣੇ ਆਪ ਨੂੰ ਰੀਫਰੈਸ਼ ਕਰ ਲਈਦਾ। ਆਖਰ ਦੇ ਵਿੱਚ ਲੁਧਿਆਣੇ ਦੇ ਲੋਕਾਂ ਨੂੰ ਕੀ ਸੁਨੇਹਾ ਲਾਉਣਾ ਚਾਹੁੰਦੇ? ਦੇਖੋ, ਲੁਧਿਆਣੇ ਦੇ ਲੋਕ ਬਹੁਤ ਸਿਆਣੇ ਨੇ, ਸੁਲਝੇ ਹੋਏ ਨੇ। ਉਹਨਾਂ ਨੂੰ ਹਰ ਲੀਡਰ ਦੇ ਕਰੈਕਟਰ ਬਾਰੇ, ਹਰ ਲੀਡਰ ਦੇ ਵਿਜ਼ਨ ਬਾਰੇ, ਹਰ ਲੀਡਰ ਦੇ ਪੰਜਾਬੀ 'ਚ ਲੱਛਣਾਂ ਬਾਰੇ ਪਤਾ, ਰਾਈਟ? ਅਤੇ ਉਹਨਾਂ ਨੇ ਸਾਨੂੰ ਪੂਰਨ ਉਮੀਦ ਆ, ਜਿਸ ਤਰੀਕੇ ਨਾਲ ਸਾਨੂੰ ਬੜੇ ਲਾਡਾ ਚਾਵਾਂ ਨਾਲ ਇਹਨਾਂ ਨੇ 6 ਦੇ 6 MLA ਬਣਾ ਕੇ ਲੁਧਿਆਣੇ ਸ਼ਹਿਰ 'ਚੋਂ ਤਿੰਨ ਦਿਹਾਤੀ ਤੋਂ 9 ਭੇਜੇ ਨਾ, 8 ਭੇਜੇ ਨੇ, ਇੱਕ ਰਹਿ ਗਏ ਸੀਗੇ ਮਤਲਬ ਦਾਖੇ ਵਾਲੇ, ਅਤੇ ਬੜੇ ਲਾਡਾ ਚਾਵਾਂ ਨਾਲ ਭੇਜੇ। ਇਹ ਅਸੀਂ ਉਹਨਾਂ ਦੀਆਂ ਜਿਹੜੀਆਂ ਉਮੀਦਾਂ ਨੇ ਸਾਡੇ 'ਤੇ, ਉਹਨਾਂ 'ਤੇ ਅਸੀਂ ਹਮੇਸ਼ਾ ਖਰੇ ਉਤਰਾਂਗੇ, ਇਹ ਵਾਅਦਾ। ਔਰ ਜੇ ਸਾਡੇ ਭਰਾ ਨੂੰ ਜੇ ਤਾਂ ਮੈਨੂੰ ਪੂਰਨ ਜੇ ਨਹੀਂ ਜੇ ਤਾਂ ਵਿੱਚ ਲਿਆਉਣੀ ਨਹੀਂ, ਮੈਨੂੰ ਪੂਰਨ ਵਿਸ਼ਵਾਸ ਆ ਵੀ ਲੁਧਿਆਣੇ ਵਾਲੇ ਆਪਣੇ ਇਹਨਾਂ ਦਾ ਬੱਚਿਆਂ ਦਾ ਧਿਆਨ ਰੱਖ ਕੇ ਸਾਡੀ ਲਾਜ ਰੱਖਣ, ਸਾਡਾ ਮਾਣ ਰੱਖਣ। ਮੇਰੀ ਤੁਹਾਡੇ ਕੈਮਰੇ ਵਾਲੇ ਝੋਲੀ ਅੱਡ ਕੇ ਬੇਨਤੀ ਆ ਸਾਰੇ ਲੁਧਿਆਣਵੀਜ਼ ਨੂੰ, ਆਪਣੇ ਪਰਿਵਾਰਾਂ ਨੂੰ, ਕਿ ਇੱਕ ਵਾਰ ਸਾਨੂੰ ਪੱਪੀ ਵੀਰ ਨੂੰ ਸਾਡੇ ਨੂੰ ਭੇਜੋ ਸੰਸਦ 'ਚ, ਤਾਂ ਕਿ ਅਸੀਂ ਜੋ ਇਹ ਰੰਗਲਾ ਪੰਜਾਬ, ਦਾਰਾ ਸਿੰਘ ਵਾਲਾ ਪੰਜਾਬ, ਉਹ ਗਿੱਧਿਆਂ ਵਾਲਾ ਪੰਜਾਬ, ਪੁਰਾਣਾ ਪੰਜਾਬ, ਦੁੱਧਾਂ ਵਾਲਾ ਪੰਜਾਬ, ਉਹ ਅਸੀਂ ਹਰਿਆਲੀ ਵਾਲਾ ਪੰਜਾਬ ਲੈ ਕੇ ਆਈਏ। ਬਹੁਤ ਬਹੁਤ ਧੰਨਵਾਦ। ਅਤੇ MLA ਗੋਗੀ ਸਾਡੇ ਨਾਲ ਸੀਗੇ, ਔਰ ਨਾਲ ਜਿਹੜੇ ਨੇ ਲੋਕ ਸਭਾ ਦੇ ਕੈਂਡੀਡੇਟ ਪੱਪੀ ਜੀ ਬੈਠੇ ਹੋਏ ਸੀ, ਔਰ ਤਮਾਮ ਗੱਲਬਾਤ ਕੀਤੀਆਂ ਇਹਨਾਂ ਨੇ, ਇਹਨਾਂ ਦੀ ਕੁਆਲਿਟੀਜ਼ ਬਾਰੇ ਵੀ ਦੱਸਿਆ, ਔਰ ਰਵਨੀਤ ਸਿੰਘ ਬਿੱਟੂ ਜਾਂ ਫਿਰ ਰਾਜਾ ਬੜਿੰਗ ਬਾਰੇ, ਕਿਉਂਕਿ ਲਗਾਤਾਰ ਗੱਲ ਕੀਤੀ ਜਾਵੇ ਤਾਂ ਲੁਧਿਆਣੇ ਦੀ ਜਿਹੜੀ ਸੀਟ ਆ, ਹੋਟ ਸੀਟ ਬਣਦੀ ਜਾ ਰਹੀ ਹੈ, ਔਰ ਬਿਆਨਬਾਜ਼ੀ ਜਿਹੜੀ ਹੈ ਕਾਫੀ ਤਰ੍ਹਾਂ ਦੀ ਦੇਖਣ ਨੂੰ ਮਿਲ ਰਹੀ ਹੈ। ਤਮਾਮ ਗੱਲਬਾਤ ਕੀਤੀ ਹੈ, ਸਾਰੀ ਗੱਲਬਾਤ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਹੁਤ ਵਿੱਚ ਕਮੈਂਟ ਕਰਕੇ ਜ਼ਰੂਰ।